ਪਦ ਪੰਕਜ ਸਿਮਰੋ ਅੰਗਦ ਦੁਖ ਗੁਰ ਅਮਰਦਾਸ ਸ਼੍ਰੀ ਗੁਰੂ ਰਾਮਦਾਸ ਗੁਣ ਗਾਵੋ ਗੁਰੂ ਅਰਜਨ ਬਿਘਨਨ ਕੇ ਨਾਸਕ ਬਿਘਨਨ ਕੇ ਨਾਸਕ ਹਰ ਗੋਬਿੰਦ ਸ਼ੁਭ ਮਤ ਪਰ ਸ਼੍ਰੀ ਹਰ ਰਾਏ ਨਮੋ ਕਰ ਜੋਰੀ ਨਮੋ ਕਰ ਜੋਰੀ ਸ਼੍ਰੀ ਹਰ ਕ੍ਰਿਸ਼ਨ ਮਨਾਉ ਬਹੋਰੀ ਤੇਗ ਬਹਾਦਰ ਪਰਮ ਕਿਰਪਾਲਾ ਜੀ ਪਰਮ ਕਿਰਪਾਲਾ ਸ਼੍ਰੀ ਗੁਰੂ ਗੋਬਿੰਦ ਸਿੰਘ ਬੇਸਾਲਾ ਤਰੋ ਤਰਾ ਪਰ ਪੁਨ ਪੁਨ ਸੀਸਾ ਜੀ ਪੁਨ ਪੁਨ ਸੀ ਬੰਦੋ ਬਾਰ ਬਾਰ ਜਗਦੀਸਾ ਏਕੰਕਾਰ ਸਤਿਗੁਰੂ ਤੇ ਪ੍ਰਸਾਦ ਸਚ ਹੋਏ ਵਾਹਿਗੁਰੂ ਜੀ ਕੀ ਫਤਿਹ ਹੈ ਬੇਗਨ ਬਿਨਾਸਨ ਸੋਏ ਵਾਹਿਗੁਰੂ ਜੀ ਕੀ ਫਤਿਹ ਬੇਗਨ ਬਿਨਾਸਨ ਸੋਏ ਦੋਹਰਾ ਸਿਆਨੀ ਜਨਨੀ ਸੰਗ ਲੈ ਕੁਛ ਕ ਬਾਣੀ ਸਾਥ ਧਰ ਸ਼ਰਦਾ ਮਾਰਗ ਪਰਿਓ ਨ੍ਰਿਪ ਸੁਤ ਦਰਸ਼ਨ ਨਾਥ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੰਤਾ ਦੇ ਪਾਤਰ ਹੋ ਸਤਿਗੁਰਾਂ ਦੀਆਂ ਬਖਸ਼ਿਸ਼ਾਂ ਦੇ ਪਾਤਰ ਬਣ ਰਹੇ ਹੋ ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਪਵਿੱਤਰ ਪਾਵਨ ਦਰਬਾਰ ਚ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਚ ਇਕੱਤਰ ਹੋ ਕੇ ਆਪਣੇ ਜੀਵਨ ਦੀਆਂ ਕੁਝ ਘੜੀਆਂ ਸਮਾਂ ਗੁਰੂ ਲੇਖੇ ਲਾ ਕੇ ਸਫਲਾ ਕਰ ਰਹੇ। ਅਵਰ ਕਾਜ ਤੇਰਾ ਕਿਤੇ ਨਾ ਕਾਮ ਮਿਲ ਸਾਧ ਸੰਗਤ ਭਜ ਕੇਵਲ ਨਾਮ।
ਸਤ ਸੰਗਤ ਵਿੱਚ ਜੁੜ ਕੇ ਕੁਝ ਸਮਾਂ ਸਤਿਗੁਰਾਂ ਦੀ ਪਾਵਨ ਬਾਣੀ ਸਰਵਣ ਕਰਨੀ, ਕੀਰਤਨ ਸਰਵਣ ਕਰਨਾ, ਹਰੀ ਜਸ ਸਰਵਣ ਕਰਨਾ, ਇਹੀ ਸਾਡੀ ਜ਼ਿੰਦਗੀ ਦਾ ਮੁੱਖ ਕਾਰਜ ਹੈ। ਜਾਂ ਇਸ ਤਰ੍ਹਾਂ ਕਹਿ ਲਈਏ ਕਿ ਸੰਗਤ ਵਿੱਚ ਬੈਠ ਕੇ ਹੀ ਸਾਨੂੰ ਸਾਡੇ ਪ੍ਰਯੋਜਨ ਦਾ ਗਿਆਨ ਹੁੰਦਾ ਕਿ ਸਾਡਾ ਪ੍ਰਯੋਜਨ ਕੀ ਹੈ। ਪ੍ਰਯੋਜਨ ਤੋਂ ਬਿਨਾਂ ਜੀਵਨ ਨੂੰ ਜੀਵਣਾ ਇਸ ਤਰ੍ਹਾਂ ਹੈ ਵੀ ਮੰਜ਼ਿਲ ਦਾ ਨਹੀਂ ਪਤਾ ਤੇ ਗੱਡੀ ਲੈ ਕੇ ਤੁਰੇ ਹੋਏ ਹਾਂ ਸੜਕ ਤੇ। ਜੇ ਪ੍ਰਯੋਜਨ ਦਾ ਬੋਧ ਹੋਵੇ, ਮੰਜ਼ਿਲ ਦਾ ਪਤਾ ਹੋਵੇ ਵੀ ਫਲਾਣੇ ਸ਼ਹਿਰ ਚ ਪਹੁੰਚਣਾ, ਫਲਾਣੀ ਜਗ੍ਹਾ ਤੇ ਪਹੁੰਚਣਾ, ਤੇ ਸਫ਼ਰ ਕਰਨ ਦਾ ਰਸ ਵੀ ਬਣਦਾ, ਨਹੀਂ ਤਾਂ ਫਿਰ ਭਟਕਣੀ ਹੈ। ਤੋ ਪ੍ਰਯੋਜਨ ਕੀ ਹੈ, ਉਸ ਪ੍ਰਯੋਜਨ ਨੂੰ ਸਮਝਣ ਵਾਸਤੇ ਆਪਾਂ ਗੁਰੂ ਕੀ ਸੰਗਤ ਕਰਦੇ ਹਾਂ। ਸਤਿਗੁਰੂ ਕਲਗੀਧਰ ਜੀ ਦਾ ਪਵਿੱਤਰ ਇਤਿਹਾਸ ਆਪ ਜੀ ਸਰਵਣ ਕਰ ਰਹੇ ਹੋ। ਦਸ਼ਮੇਸ਼ ਪਿਤਾ ਦੇ ਪਾਵਨ ਚਰਨਾਂ ਵਿੱਚ ਹਾਜ਼ਰੀ ਭਰਨ ਲਈ ਅਸਾਮ ਦਾ ਰਾਜਾ ਰਾਜਾ ਰਤਨ ਰਾਏ, ਇਹਦਾ ਪਿਤਾ ਸੀ ਰਾਜਾ ਰਾਮ ਰਾਏ, ਜਦੋਂ ਨੌਵੇਂ ਪਾਤਸ਼ਾਹ ਅਸਾਮ ਗਏ ਸਨ ਉਦੋਂ ਇਹਨੇ ਸਤਿਗੁਰਾਂ ਕੋਲੋਂ ਪੁੱਤਰ ਦੀ ਕਾਮਨਾ ਕੀਤੀ ਸੀ। ਗੁਰਦੇਵ ਨੇ ਬਚਨ ਕੀਤਾ ਸੀ ਤੇਰੇ ਗ੍ਰਹਿ ਵਿਖੇ ਪੁੱਤਰ ਹੋਵੇਗਾ ਔਰ ਸਾਡੀ ਜਿਹੜੀ ਇਹ ਛਾਪ ਹੈ ਉਹਦੇ ਮੱਥੇ ਤੇ ਹੋਵੇਗੀ। ਗਰੀਬ ਨਵਾਜ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਬਚਨ ਫਲੀ ਭੂਤ ਹੋਏ। ਇਹਦੇ ਘਰ ਬਾਲਕ ਨੇ ਜਨਮ ਲਿਆ। ਜਦੋਂ 7 ਸਾਲ ਦਾ ਹੋਇਆ ਤੇ ਰਾਜਾ ਰਾਮ ਰਾਏ ਚਲਾਣਾ ਕਰ ਗਿਆ। ਰਤਨ ਰਾਏ 12-13 ਸਾਲ ਦੀ ਉਮਰ ਹੋਈ, ਮੱਥੇ ਤੇ ਗੁਰਦੇਵ ਦੀ ਮੋਹਰ ਵੇਖੀ, ਮਾਤਾ ਨੂੰ ਪੁੱਛਿਆ, ਉਹਨੇ ਸਾਰੀ ਕਥਾ ਦੱਸੀ। ਸੁਣ ਕੇ ਇਹਦੇ ਮਨ ਵਿੱਚ ਜਗਿਆਸਾ ਪੈਦਾ ਹੋਈ ਕਿ ਸਤਿਗੁਰਾਂ ਦੇ ਦਰਸ਼ਨ ਕਰਨੇ ਨੇ। ਦਰਸ਼ਨ ਕਰਨ ਵਾਸਤੇ ਜੋ ਗੁਰਦੇਵ ਦੇ ਚਰਨਾਂ 'ਚ ਭੇਟਾ ਅਰਪਣ ਕਰਨੀ, ਕੁਝ ਕੀਮਤੀ ਵਸਤੂਆਂ ਜਿਵੇਂ ਕਿ ਇੱਕ ਹਾਥੀ, ਪੰਚ ਕਲਾ ਸ਼ਸਤਰ, ਬੜਾ ਸੁੰਦਰ ਘੋੜਾ, ਇੱਕ ਚੌਂਕੀ ਔਰ ਕੀਮਤੀ ਹੋਰ ਕਈ ਆਭੂਸ਼ਣ ਵਗੈਰਾ ਇਹਨੇ ਇਕੱਠੇ ਕੀਤੇ ਨੇ ਸਤਿਗੁਰਾਂ ਦੇ ਦਰਸ਼ਨ ਕਰਨ ਲਈ ਅਸਾਮ ਤੋਂ ਚੱਲ ਕੇ ਆ ਰਿਹਾ। ਦਰਸ਼ਨਾਂ ਦੀ ਖਿੱਚ, ਪੈਂਡਾ ਭਾਵੇਂ ਜਿੰਨਾ ਮਰਜ਼ੀ ਲੰਮਾ ਹੋਵੇ ਉਹ ਫਿਰ ਥੋੜਾ ਹੀ ਪ੍ਰਤੀਤ ਹੁੰਦਾ ਜਦੋਂ ਦਰਸ਼ਨਾਂ ਦੀ ਖਿੱਚ ਹੋਵੇ। ਜਿਨ੍ਹਾਂ ਦੇ ਮਨ 'ਚ ਦਰਸ਼ਨਾਂ ਦੀ ਖਿੱਚ ਹੈ ਉਹ ਭਾਵੇਂ ਕੋਹਾਂ ਦੂਰ ਬੈਠੇ ਹੋਣ, ਗੁਰੂ ਘਰ ਤੋਂ ਮਨ 'ਚ ਖਿੱਚ ਹੁੰਦੀ ਹੈ, ਉਹ ਪਹੁੰਚ ਜਾਂਦੇ। ਜਿਵੇਂ ਗੁਰਬਾਣੀ ਦਾ ਵੀ ਮਹਾਂਵਾਕ ਹੈ ਨਾ, ਸਮੁੰਦ ਸਾਗਰ ਹੋਵੇ ਤਖਾਰਾ, ਗੁਰਸਿੱਖ ਲੰਘ ਗੁਰੂ ਪਹਿ ਜਾਈ। ਵੀ ਜੇ ਰਾਹ ਦੇ ਵਿੱਚ ਖਾਰਾ ਸਮੁੰਦਰ ਵੀ ਆ ਜਾਏ, ਉਹ ਵੀ ਲੰਘ ਕੇ ਜਾਣਾ ਪਏ ਗੁਰਸਿੱਖ ਨੂੰ, ਤਾਂ ਗੁਰਸਿੱਖ ਉਸ ਸਮੁੰਦਰ ਨੂੰ ਵੀ ਲੰਘ ਕੇ ਗੁਰੂ ਚਰਨਾਂ ਵਿੱਚ ਪਹੁੰਚਦਾ, ਕਿਉਂਕਿ ਉਹਦੇ ਮਨ ਵਿੱਚ ਸਤਿਗੁਰਾਂ ਦੇ ਦਰਸ਼ਨਾਂ ਦੀ ਸਿੱਖ ਹੈ। ਤੇ ਜਿਹਦੇ ਅੰਦਰ ਦਰਸ਼ਨਾਂ ਦੀ ਸਿੱਖ ਹੀ ਨਾ ਹੋਵੇ ਉਹ ਭਾਵੇਂ ਗੁਰਦੁਆਰੇ ਦੀ ਘਰ ਦੀ ਕੰਧ ਨਾਲ ਕੰਧ ਲੱਗਦੀ ਹੋਵੇ ਤਾਂ ਵੀ ਨਹੀਂ ਆਉਂਦਾ। ਉਹ ਕਹਿੰਦਾ ਜੀ ਦੂਰ ਹੈ ਜੀ, ਸਾਨੂੰ ਜਾਂਦਿਆਂ ਟਾਈਮ ਲੱਗਦਾ ਜੀ, ਟਾਈਮ ਨਹੀਂ ਹੁੰਦਾ ਜੀ।
ਤੋ ਦਰਸ਼ਨਾਂ ਦੀ ਵੀ ਭੁੱਖ ਹੋਵੇ ਨਾ, ਫਿਰ ਗੱਲ ਬਣਦੀ। ਦਰਅਸਲ ਸਾਨੂੰ ਭੁੱਖ ਵੀ ਨਹੀਂ ਨਾ ਲੱਗਦੀ, ਭੋਜਨ ਖਾਂਦੇ ਹਾਂ ਪਰ ਭੋਜਨ ਖਾਣ ਤੋਂ ਪਹਿਲਾਂ ਭੋਜਨ ਖਾਣ ਦੀ ਭੁੱਖ ਲੱਗਦੀ ਹੈ। ਅਤੇ ਜੇ ਭੋਜਨ ਖਾਣ ਦੀ ਇੱਛਾ ਨਾ ਹੋਵੇ ਤਾਂ ਕਹਿੰਦੇ ਵੀ ਤੈਨੂੰ ਭੁੱਖ ਨਹੀਂ ਲੱਗਦੀ, ਇਹਦਾ ਦਵਾਈ ਇਹਦਾ ਇਲਾਜ ਕਰੋ। ਭੁੱਖ ਲਾਉਣ ਵਾਸਤੇ ਵੀ ਸਾਨੂੰ ਉਹਦੀ ਭੁੱਖ ਲੱਗਦੀ ਹੈ, ਮੈਨੂੰ ਭੁੱਖ ਲੱਗ ਜਾਏ। ਭੁੱਖ ਲੱਗਣ ਦੀ ਵੀ ਭੁੱਖ ਹੁੰਦੀ ਹੈ ਨਾ, ਕਿ ਮੈਨੂੰ ਭੁੱਖ ਲੱਗਣ ਲੱਗ ਜਾਏ ਤੇ ਮੈਂ ਰੋਟੀ ਖਾਇਆ ਕਰਾਂ, ਮੈਨੂੰ ਭੁੱਖ ਨਹੀਂ ਲੱਗਦੀ। ਉਹ ਭੁੱਖ ਲੱਗਣ ਦੀ ਵੀ ਇੱਕ ਭੁੱਖ ਹੁੰਦੀ ਹੈ। ਆਖੋ ਸਤਨਾਮ ਸ੍ਰੀ ਵਾਹ। ਦਰਅਸਲ ਸਾਨੂੰ ਪਰਮੇਸ਼ਰ ਦੇ ਨਾਮ ਦੀ ਭੁੱਖ ਹੀ ਨਹੀਂ ਲੱਗਦੀ, ਉਹਦੀ ਭੁੱਖ ਲੱਗ ਜਾਏ ਉਸ ਭੁੱਖ ਦੀ ਵੀ ਸਾਨੂੰ ਭੁੱਖ ਜਾਗਣੀ ਚਾਹੀਦੀ ਹੈ। ਪਹਿਲਾਂ ਬੇਨਤੀਆਂ ਕਰਨੀਆਂ ਚਾਹੀਦੀਆਂ, ਮਹਾਰਾਜ ਸਾਨੂੰ ਤੁਹਾਡੇ ਨਾਮ ਦੀ ਭੁੱਖ ਲੱਗੇ, ਸੱਚੇ ਨਾਮ ਕੀ ਲੱਗੇ ਭੁੱਖ, ਉਤ ਭੁੱਖ ਹੈ ਖਾਏ ਚਲੀ ਹੈ ਦੁੱਖ। ਮਹਾਰਾਜ ਸਾਨੂੰ ਭੁੱਖ ਲੱਗ ਜਾਏ, ਬੇਨਤੀਆਂ ਕਰੀ ਦੀਆਂ ਗੁਰੂ ਚਰਨਾਂ ਚ, ਜਦੋਂ ਭੁੱਖ ਲੱਗੇਗੀ ਫਿਰ ਨਾਮ ਵੀ ਚੰਗਾ ਲੱਗੇਗਾ। ਤੇ ਜੇ ਭੁੱਖ ਨਹੀਂ ਲੱਗੀ ਹੋਈ ਤੇ ਰੋਟੀ ਭਾਵੇਂ ਵਧੀਆ ਪਈ ਹੋਵੇ, ਅੱਗੇ 36 ਪ੍ਰਕਾਰ ਦੇ ਪਕਵਾਨ ਪਏ ਹੁਣ ਨਹੀਂ ਚੰਗੇ ਲੱਗਦੇ, ਬੰਦਾ ਖਾਂਦਾ ਤਾਂ ਹੈ ਜ਼ਬਰਦਸਤੀ ਪਰ ਉਹਨੂੰ ਰਸ ਜਾ ਨਹੀਂ ਆਉਂਦਾ ਉਹਦੇ ਚੋਂ। ਤੇ ਜੇ ਭੁੱਖ ਲੱਗੀ ਹੋਵੇ ਨਾ ਤੇ ਫਿਰ ਸੁੱਕੀਆਂ ਰੋਟੀਆਂ ਦੋ ਦਿਨਾਂ ਵਾਲੇ ਮਿੱਠੇ ਪ੍ਰਸ਼ਾਦੇ ਵੀ ਚੰਗੇ ਲੱਗਦੇ, ਨਾ ਲੱਗੀ ਹੋਵੇ ਤੇ ਵਧੀਆ ਪਕਵਾਨ ਪਏ ਹੁਣ ਅੱਗੇ ਤੇ ਨਖਰੇ ਕਰੀ ਜਾਂਦਾ, ਇਹਦੇ ਚ ਮਿਰਚ ਕੋਈ ਨਹੀਂ, ਇਹਦੇ ਚ ਲੂਣ ਕੋਈ ਨਹੀਂ, ਇਹਦੇ ਚ ਘਿਓ ਘੱਟ ਹੈ ਜਾਂ ਜ਼ਿਆਦਾ। ਤੋ ਨਾਮ ਦੀ ਭੁੱਖ ਲੱਗੇ ਪਹਿਲਾਂ, ਤੇ ਜਿਨ੍ਹਾਂ ਚ ਭੁੱਖ ਲੱਗ ਜਾਂਦੀ ਹੈ ਫਿਰ ਉਹ ਗੁਰੂ ਦੇ ਚਰਨਾਂ ਵਿੱਚ ਆਉਂਦੇ। ਆਓ ਮਨ ਬਿਰਤੀਆਂ ਇਕਾਗਰ ਕਰੀਏ। ਬਾਜਾਂ ਵਾਲੇ ਚੋਜੀ ਪ੍ਰੀਤਮ ਸਾਹਿਬੇ ਕਮਾਲ, ਪੰਥ ਦੇ ਵਾਲੀ ਚਿੱਟਿਆਂ ਬਾਜਾਂ ਵਾਲੇ, ਸ਼ਮਸ਼ੇਰੇ ਬਹਾਦਰ ਦੇਗ ਔਰ ਤੇ ਕੇ ਧਨੀ, ਹੱਕ ਹੱਕ ਆਦੇਸ਼ ਗੁਰੂ ਗੋਬਿੰਦ ਸਿੰਘ ਬਾਦਸ਼ਾਹ ਦਰਵੇਸ਼। ਗੁਰੂ ਗੋਬਿੰਦ ਸਿੰਘ ਹੱਕ ਰਾ ਗੰਜੂਰ, ਗੁਰੂ ਗੋਬਿੰਦ ਸਿੰਘ ਜੁਮਲਾ ਫੈਜ਼ੇ ਨੂਰ, ਗੁਰੂ ਗੋਬਿੰਦ ਸਿੰਘ ਮਹਾਰਾਜ ਦਸਮੇਸ਼ ਪਿਤਾ ਦੇ ਚਰਨਾਂ ਵਿੱਚ ਆਪਣੀਆਂ ਹਾਜ਼ਰੀਆਂ ਲਵਾਓ, ਸੁਰਤ ਨੂੰ ਸ੍ਰੀ ਆਨੰਦਪੁਰ ਸਾਹਿਬ ਗੁਰੂ ਚਰਨਾਂ ਚ ਹਾਜ਼ਰ ਕਰੋ। ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਸਿਆਨੀ ਜਨਨੀ ਸੰਗ ਲੈ, ਕੁਛ ਕਬਾਇਨੀ ਸਾਥ। ਸਿਆਣੀ ਜਨਨੀ ਰਾਜੇ ਰਤਨ ਰਾਏ ਦੀ ਮਾਤਾ, ਜਿਸ ਨੇ ਇਹਨੂੰ ਪ੍ਰੇਰਿਆ ਕਿ ਤੇਰਾ ਜਨਮ ਨੌਵੇਂ ਪਾਤਸ਼ਾਹ ਦੇ ਬਚਨਾਂ ਨਾਲ ਹੋਇਆ। ਇਹਨੇ ਪੁੱਛਿਆ ਕੌਣ ਨੇ, ਉਹ ਕਿੱਥੇ ਨੇ? ਇਸ ਵੇਲੇ ਆਖਿਆ ਉਹ ਤਾਂ ਸੱਚਖੰਡ ਚਲੇ ਗਏ ਨੇ, ਪਰ ਉਹਨਾਂ ਦੀ ਥਾਂ ਤੇ ਉਹਨਾਂ ਦੇ ਸਾਹਿਬਜ਼ਾਦੇ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਗੱਦੀ ਤੇ ਨੇ, ਆਨੰਦਪੁਰ ਸਾਹਿਬ ਪੰਜਾਬ ਦੀ ਧਰਤੀ ਤੇ। ਉਹ ਸਿਆਣੀ ਜਨਨੀ ਕਿਹਾ ਇੱਥੇ। ਸਿਆਣੀ ਜਨਨੀ ਦਾ ਮਤਲਬ ਹੁੰਦਾ ਵੀ ਜਿਹੜੀ ਆਪਣੇ ਬੱਚੇ ਨੂੰ ਸਹੀ ਪਾਸੇ ਪ੍ਰੇਰ ਕੇ ਲਾਵੇ। ਜੇ ਸਿਆਣੀ ਜਨਨੀ ਹੁੰਦੀ ਹੈ
ਇਹਦਾ ਮਤਲਬ ਉਹ ਜਨਨੀ ਵੀ ਹੁੰਦੀ ਜਦੋਂ ਹੁਣ ਸੁਭਾਵਕ ਹੈ ਜਦੋਂ ਕਹਿਣਾ ਆਪਾਂ ਧੁੱਪ ਤੇ ਅੰਦਾਜ਼ਾ ਆਪੇ ਲੱਗ ਜਾਂਦਾ ਵੀ ਧੁੱਪ ਕਹੀ ਇਹਦਾ ਮਤਲਬ ਛਾਂ ਵੀ ਹੁੰਦੀ ਜਦੋਂ ਕਹਿਣਾ ਧਰਮ ਇਹਦਾ ਮਤਲਬ ਧਰਮ ਵੀ ਹੁੰਦਾ ਸੱਚ ਕਹਾਂਗੇ ਇਹਦਾ ਮਤਲਬ ਝੂਠ ਵੀ ਹੁੰਦਾ ਜੇ ਹੁਣ ਇੱਥੇ ਕਿਹਾ ਗਿਆ ਵੀ ਸਿਆਣੀ ਜਨਨੀ ਸਿਆਣੀ ਮਾਂ ਇਹਦਾ ਮਤਲਬ ਫਿਰ ਮੂਰਖ ਮਾਂ ਵੀ ਹੁੰਦੀ ਹੋਵੇਗੀ ਮੂਰਖ ਮਾਂ ਕਿਹੜੀ ਹੈ ਜਿਹੜੀ ਆਪਣੇ ਬੱਚੇ ਨੂੰ ਪ੍ਰੇਰਨਾ ਕਰਕੇ ਗੁਰਮਤ ਵਾਲੇ ਪਾਸੇ ਨਾ ਲਾਵੇ ਜਿਹੜੀ ਮਾਂ ਆਪਣੇ ਬੱਚੇ ਦੇ ਕੇਸ ਕਰਦਿਆਂ ਹੋਇਆਂ ਕੰਘਾ ਕਰਦਿਆਂ ਹੋਇਆਂ ਇਹਨੂੰ ਨਾ ਦੱਸੇ ਕਿ ਇਹ ਕੇਸ ਗੁਰੂ ਕਲਗੀਧਰ ਦੀ ਮੋਹਰ ਹੈ ਜਿਹੜੀ ਮਾਂ ਗੁਰਮਤ ਤੋਂ ਆਪ ਸੱਖਣੀ ਹੋਵੇ ਤੇ ਆਪਣੇ ਬੱਚਿਆਂ ਨੂੰ ਗੁਰਮਤ ਤੋਂ ਸੱਖਣੀ ਕਰਕੇ ਉਹਨਾਂ ਨੂੰ ਗਿਆਨ ਨਾ ਦੇ ਸਕੇ ਫਿਰ ਉਹ ਮਾਂ ਸਿਆਣੀ ਥੋੜੀ ਕਹਾਏਗੀ ਸਿਆਣੀ ਮਾਂ ਤਾਂ ਭਗਤ ਫਰੀਦ ਦੀ ਹੈ ਜਦੋਂ ਪੁੱਛਦਾ ਮਾਂ ਜੇ ਖੁਦਾ ਦੀ ਬੰਦਗੀ ਕਰੀਏ ਕੀ ਦਿੰਦਾ ਪੁੱਤਰਾ ਤੈਨੂੰ ਨਹੀਂ ਪਤਾ ਸ਼ੱਕਰ ਮਿਲਦੀ ਹੈ ਉੱਥੋਂ ਖੁਦਾ ਸ਼ੱਕਰ ਦਿੰਦਾ ਇਹ ਸੀ ਸਿਆਣੀ ਮਾਂ ਸਿਆਣੀ ਮਾਂ ਸੀ ਭਗਤ ਪ੍ਰਹਿਲਾਦ ਦੀ ਰੋਂਦਾ ਰੋਂਦਾ ਆਇਆ ਮਾਂ ਵੀ ਤੂੰ ਨੌਕਰ ਰਾਣੀ ਹੈ ਕਿ ਰਾਣੀ ਹੈ ਮੈਨੂੰ ਸ਼ੱਕ ਹੋ ਰਿਹਾ ਵੀ ਤੂੰ ਵੀ ਰਾਣੀ ਮੈਂ ਤੇਰਾ ਪੁੱਤ ਤੇ ਆਪਣੇ ਪਿਓ ਦੀ ਗੋਦੀ ਚ ਕਿਉਂ ਨਹੀਂ ਬਹਿ ਸਕਿਆ ਵੀ ਉਹ ਮਤਰਈ ਮਾਂ ਉਹਨੇ ਮੈਨੂੰ ਉਠਾ ਦਿੱਤਾ ਕਹਿਣ ਲੱਗੀ ਪੁੱਤਰਾ ਗੁੱਸਾ ਨਾ ਕਰ ਨਹੀਂ ਮਾਂ ਦੱਸ ਰਾਜ ਕਿਵੇਂ ਮਿਲਦਾ ਉਹਨੇ ਇਹ ਨਹੀਂ ਆਖਿਆ ਪੁੱਤਰਾ ਜਾ ਇੱਟ ਚੁੱਕ ਤੇ ਮਤਰਈ ਮਾਂ ਦੇ ਸਿਰ ਚ ਮਾਰ ਦੇ ਸਿਰ ਪਾੜ ਦੇ ਉਹਦਾ ਕੌਣ ਹੁੰਦੀ ਹੈ ਉਹ ਸੌਕਣ ਮੇਰੀ ਸਿਆਣੀ ਮਾਂ ਸੀ ਉਹਨੇ ਆਖਿਆ ਬੱਚੇ ਪਰਮੇਸ਼ਰ ਦੀ ਆਰਾਧਨਾ ਕੀਤਿਆਂ ਪਰਮੇਸ਼ਰ ਦੀ ਬੰਦਗੀ ਕੀਤਿਆਂ ਰਾਜ ਮਿਲ ਜਾਂਦਾ ਸਿਆਣੀ ਮਾਂ ਆਪਣੇ ਬੱਚੇ ਨੂੰ ਪ੍ਰੇਰਿਤ ਕਰਕੇ ਗੁਰਮਤ ਵਾਲੇ ਪਾਸੇ ਗੁਰਬਾਣੀ ਵਾਲੇ ਪਾਸੇ ਧਰਮ ਵਾਲੇ ਪਾਸੇ ਲਾਉਂਦੀ ਇਹ ਜਿਹੜਾ ਰਾਜਾ ਸੀ ਰਤਨ ਰਾਏ ਇਹਦੀ ਮਾਂ ਵੀ ਸਿਆਣੀ ਸੀ ਉਹ ਨਾਲ ਚੱਲੀ ਚੱਲ ਪੁੱਤਰ ਤੇਰੇ ਨਾਲ ਮੈਂ ਵੀ ਚੱਲਦੀ ਹਾਂ ਦਰਸ਼ਨਾਂ ਨੂੰ ਸੰਗ ਲੈ ਕਛਕ ਬਾਹਨੀ ਸਾਥ ਕੁਝ ਕੁ ਸਿਪਾਹੀ ਫੌਜ ਉਹ ਇਹਨਾਂ ਨੇ ਆਪਣੇ ਨਾਲ ਲਈ ਹੈ ਧਰ ਸ਼ਰਦਾ ਮਾਰਗ ਪਰਿਓ ਨ੍ਰਿਪ ਸੁਤ ਦਰਸ਼ਨ ਨਾਥ ਸ਼ਰਦਾ ਧਾਰਨ ਕਰਕੇ ਰਾਹ ਤੇ ਟੁਰ ਪਏ ਰਾਜਾ ਵੀ ਔਰ ਉਹਦੀ ਮਾਤਾ ਵੀ ਮਨ ਵਿੱਚ ਸਤਿਗੁਰੂ ਜੀ ਦੇ ਦਰਸ਼ਨਾਂ ਦੀ ਖਿੱਚ ਹੈ ਸਤਿਗੁਰੂ ਜੀ ਦੇ ਦਰਸ਼ਨਾਂ ਦਾ ਪਿਆਰ ਹੈ ਜੋ ਪਈ ਸ਼ੁਭ ਮਤ ਚਤਰ ਚੌਂਪ ਚਿਤ ਜਗੀ ਸ਼ੁਭ ਮਤ ਹੈ ਔਰ ਅੰਦਰ ਚਾਹ ਜਾਗਿਆ ਹੋਇਆ ਤਬ ਗੁਰ ਦਰਸੋਂ ਪ੍ਰੀਤ ਲਗੀ ਮਨ ਚ ਸਤਿਗੁਰੂ ਜੀ ਦੇ ਦਰਸ਼ਨਾਂ ਦੀ ਪ੍ਰੀਤ ਲੱਗੀ ਹੋਈ ਹੈ ਕਦੋਂ ਸੁਭਾਗੀ ਘੜੀ ਆਵੇ ਮੈਨੂੰ ਸਤਿਗੁਰੂ ਜੀ ਦੇ ਦਰਸ਼ਨ ਹੋਣ ਬੰਧਨ ਕਰ ਬੈਠੋ ਪਗ ਪਾਸ ਪਹੁੰਚਾ ਮੈਂ ਆਨੰਦਪੁਰ ਸਾਹਿਬ ਸਤਿਗੁਰਾਂ ਦੇ ਚਰਨਾਂ ਵਿੱਚ ਵੰਦਨਾ ਕਰਕੇ ਮੈਂ ਉਹਨਾਂ ਦੇ ਕੋਲ ਬੈਠਾ ਸੁਣੋ ਕਬੇ ਗੁਰ ਬਾਤ ਬਿਲਾਸ ਕਦੋਂ ਆਵੇ ਉਹ ਭਾਗਸ਼ਾਲੀ ਘੜੀ ਜਦੋਂ ਮੈਂ ਉਹਨਾਂ ਦੇ ਕੋਲ ਬੈਠਾ ਤੇ ਉਹਨਾਂ ਦੇ ਬਚਨ ਸੁਣਾ ਉਹਨਾਂ ਦੀ ਬਾਣੀ ਸੁਣਾ ਉਹਨਾਂ ਦਾ ਉਪਦੇਸ਼ ਸੁਣਾ ਸਾਰਦ ਚੰਦ ਬਦਨ ਕੀ ਔਰਾ ਕਦੋਂ ਆਵੇ ਉਹ ਦਿਨ ਜਦੋਂ ਮੈਂ ਸਰਦ ਰੁੱਤ ਦੀ ਚੰਦਰਮਾ ਵਰਗਾ ਚਿਹਰਾ ਗੁਰੂ ਕਲਗੀਧਰ ਦਾ
ਸਰਦ ਰੁੱਤ ਦੀ ਚੰਦਰਮਾ ਦਾ ਜਿਹੜਾ ਕੱਤਕ ਦਾ ਪੂਰਨਮਾਸ਼ੀ ਦਾ ਚੰਨ ਹੁੰਦਾ ਨਾ, ਉਹ ਸਭ ਤੋਂ ਸੋਹਣਾ ਹੁੰਦਾ, ਉਹਨੂੰ ਸਰਦ ਰੁੱਤ ਦੀ ਚੰਦਰਮਾ ਸੁੰਦਰ ਚੰਦਰਮਾ ਕਹਿੰਦੇ ਆ। ਉਹ ਜ਼ਿਆਦਾ ਸੁੰਦਰ ਲੱਗਦਾ, ਉਦੋਂ ਮਾਹੌਲ ਵੀ ਉਹ ਬੜਾ ਥੋੜ੍ਹਾ ਥੋੜ੍ਹਾ ਠੰਡਾ ਜਿਹਾ ਅਤੇ ਨਾ ਬਹੁਤੀ ਗਰਮੀ, ਅਤੇ ਉਹ ਬੜਾ ਸੁੰਦਰ ਲੱਗਦਾ। ਇਹ ਸੋਚਦਾ ਵੀ ਕਦੋਂ ਸਮਾਂ ਆਵੇ ਕਿ ਮੈਂ ਸਰਦ ਰੁੱਤ ਦੀ ਚੰਦਰਮਾ ਜੈਸਾ ਗੁਰੂ ਕਲਗੀਧਰ ਦਾ ਮੁਖੜਾ ਵੇਖਾਂ। ਲੋਚਨ ਕਰੋ ਚਕੋਰਨ ਜੋਰਾ, ਆਪਣੀਆਂ ਅੱਖਾਂ ਨੂੰ ਚਕੋਰ ਬਣਾ ਲਵਾਂ ਤੇ ਕਲਗੀਧਰ ਦੇ ਚੰਨ ਜੇ ਮੁਖੜੇ ਨੂੰ ਵੇਖੀ ਜਾਵਾਂ ਇੱਕ ਟਕੀ ਲਾ ਕੇ। ਕਦੋਂ ਆਵੇ ਉਹ ਦਿਨ, ਕਦੋਂ ਆਵੇਗੀ ਮੇਰੇ ਤੇ ਉਹ ਘੜੀ, ਆਵੇਗਾ ਕਦੇ ਉਹ ਦਿਨ ਮੇਰੇ ਤੇ ਵੀ, ਕਦੇ ਉਹ ਭਾਗਸ਼ਾਲੀ ਘੜੀ ਮੈਨੂੰ ਵੀ ਪ੍ਰਾਪਤ ਹੋਵੇਗੀ, ਜਦੋਂ ਮੈਂ ਸਾਹਿਬ ਦੇ ਦਰਸ਼ਨ ਕਰਾਂ, ਉਹਨਾਂ ਦੇ ਚੰਨ ਜੇ ਮੁਖੜੇ ਨੂੰ ਆਪਣੀਆਂ ਅੱਖਾਂ ਨੂੰ ਚਕੋਰ ਬਣਾ ਕੇ ਵੇਖਾਂ। ਸ਼੍ਰਵਨ ਪੁੱਟਨ ਤੇ ਅੰਮ੍ਰਿਤ ਬਾਣੀ, ਮੈਂ ਆਪਣੇ ਕੰਨਾਂ ਰੂਪੀ ਡੋਨਿਆਂ ਨਾਲ ਉਹਨਾਂ ਦੇ ਅੰਮ੍ਰਿਤ ਰੂਪੀ ਬਚਨਾਂ ਨੂੰ ਭਰ ਭਰ ਕੇ ਪੀਵਾਂ, ਕੰਨਾਂ ਨੂੰ ਡੋਨੇ ਬਣਾ ਲਵਾਂ ਤੇ ਡੋਨਿਆਂ ਦੇ ਵਿੱਚ ਗੁਰੂ ਸਾਹਿਬ ਦੇ ਬਚਨਾਂ ਦਾ ਜਿਹੜਾ ਅੰਮ੍ਰਿਤ ਹੈ ਉਹ ਭਰ ਕੇ ਆਪਣਿਆਂ ਕੰਨਾਂ ਰੂਪੀ ਡੋਨਿਆਂ ਨਾਲ ਪੀਵਾਂ। ਪਾਨ ਕਰੋ ਮੈਂ ਅਤ ਸੁਖ ਦਾਨੀ, ਮੈਂ ਉਸ ਅੰਮ੍ਰਿਤ ਨੂੰ ਪਾਨ ਕਰਾਂ ਆਪਣੇ ਅੰਦਰ ਜਿਸ ਦੇ ਨਾਲ ਭਾਰੀ ਸੁਖ ਪ੍ਰਾਪਤ ਹੁੰਦਾ ਹੈ। ਚਿਤਵੈ ਬੈਠਤ ਉੱਠਤ ਚਲੰਤਾ, ਚਿਤਵਦਾ ਸਤਿਗੁਰਾਂ ਨੂੰ ਉੱਠਦਿਆਂ ਬਹਿੰਦਿਆਂ ਚਲਦਿਆਂ ਰਾਜੇ ਰਤਨ ਰਾਏ ਦੇ ਮਨ ਚ ਕੋਈ ਲਟਕ ਗੁਰੂ ਸਾਹਿਬ ਦੇ ਦਰਸ਼ਨਾਂ ਦੀ, ਗੁਰੂ ਪਾਤਸ਼ਾਹ ਦੇ ਦਰਸ਼ਨਾਂ ਦਾ ਚਿੰਤਨ ਕਿ ਮਹਾਰਾਜ ਜੀ ਦੇ ਦਰਸ਼ਨ ਕਦੋਂ ਹੋਣ ਮੈਨੂੰ, ਕਦੋਂ ਮੈਂ ਉਹਨਾਂ ਦੇ ਦੀਦਾਰ ਕਰਾਂ, ਕਦੋਂ ਉਹਨਾਂ ਦੀ ਸੋਹਣੀ ਜੀ ਮੂਰਤ ਨੂੰ ਵੇਖਾਂ। ਸੁਨ ਗੁਰ ਮਹਿਮਾ ਉਰ ਹਰ ਖੰਤਾ, ਸਤਿਗੁਰੂ ਜੀ ਦੀ ਮਹਿਮਾ ਜਿਉਂ ਜਿਉਂ ਸੁਣਦਾ ਰਾਜਾ ਰਤਨ ਰਾਏ, ਇਹਦੇ ਮਨ ਚ ਹੋਰ ਚਾਹਨਾ ਜਾਗਦੀ ਹੈ, ਹੋਰ ਇੱਛਾ ਜਾਗਦੀ ਹੈ। ਸਨੇ ਸਨੇ ਗਮਨਤ ਲੱਖ ਦੂਰ, ਕਿਉਂਕਿ ਪੈਂਡਾ ਜ਼ਿਆਦਾ ਲੰਮਾ ਹੋਣ ਕਰਕੇ ਇਕਦਮ ਕਾਹਲੀ ਨਾਲ ਨਹੀਂ ਸੀ ਨਾ ਚੱਲਿਆ ਜਾ ਸਕਦਾ, ਇਕਦਮ ਕਾਹਲੀ ਨਾਲ ਚੱਲਦੇ ਤੇ ਤਾਂ ਵੀ ਗੱਲ ਸਹਿਜੇ ਸਹਿਜੇ, ਜਿੰਨਾ ਪੈਂਡਾ ਲੰਮਾ ਹੁੰਦਾ ਚਾਲ ਓਨੀ ਛੋਟੀ ਰੱਖਣੀ ਪੈਂਦੀ, ਤੇ ਛੋਟੀ ਚਾਲ ਬੰਦਾ ਜਦੋਂ ਚੱਲਦਾ ਜਾਂਦਾ ਤੇ ਲੰਮਾ ਪੈਂਡਾ ਤੈਅ ਹੋ ਜਾਂਦਾ। ਇਹਨੇ ਸਹਿਜੇ ਸਹਿਜੇ ਚੱਲਣਾ ਕੀਤਾ ਕਿਉਂਕਿ ਪੈਂਡਾ ਬਹੁਤ ਲਮੇਰਾ ਹੈ। ਨਿਜ ਦਲ ਨਰਨ ਦੇਤ ਸੁਖ ਪੂਰ, ਨਾਲ ਜਿਹੜੀ ਫੌਜ ਹੈ ਸਿਪਾਹੀ ਨੇ ਉਹਨਾਂ ਨੂੰ ਸੁਖ ਸਹੂਲਤ ਵੀ ਦੇਣੀ, ਉਹਨਾਂ ਸਾਥੀਆਂ ਦਾ ਵੀ ਤਾਂ ਵੇਖਣਾ ਨਾ, ਸਫ਼ਰ ਕਰ ਰਹੇ ਹਾਂ ਯਾਤਰਾ ਕਰ ਰਹੇ ਹਾਂ ਤੇ ਨਾਲ ਦੇ ਸਾਥੀਆਂ ਦੇ ਬਾਰੇ ਵੀ ਧਿਆਨ ਰੱਖਣਾ ਪੈਂਦਾ ਵੀ ਕਿਸੇ ਦਾ ਕੋਈ ਸਰੀਰ ਢਿੱਲ ਮੱਠ ਹੈ ਉਹਦਾ ਖਿਆਲ ਰੱਖਣਾ, ਜੇ ਉਹ ਬਹੁਤਾ ਨਹੀਂ ਚੱਲ ਸਕਦਾ ਤਾਂ ਛੇਤੀ ਪੜਾਅ ਕਰ ਲੈਣਾ। ਯਾਤਰਾ ਇਸੇ ਤਰ੍ਹਾਂ ਹੀ ਹੁੰਦੀ, ਆਮ ਕਰਕੇ ਕਈ ਵਾਰੀ ਯਾਤਰਾ ਹੁੰਦੀ ਹੈ ਧਰਮ ਸਥਾਨਾਂ ਦੀ, ਉਸ ਯਾਤਰਾ ਦੇ ਵਿੱਚ ਕਈ ਵਾਰੀ ਯਾਤਰੂ ਗੜਬੜ ਹੋ ਜਾਂਦੀ ਹੈ। ਉਹਦਾ ਕਾਰਨ ਕੀ ਹੁੰਦਾ ਵੀ ਬੰਦੇ ਨੂੰ ਹਰ ਇੱਕ ਨੂੰ ਆਪਣਾ ਆਪਣਾ ਹੁੰਦਾ ਵੀ ਮੈਂ ਠੀਕ ਹਾਂ, ਉਹ ਨਾਲ ਦੇ ਸਾਥੀਆਂ ਵੱਲ ਉਹਦਾ ਧਿਆਨ ਨਹੀਂ ਹੁੰਦਾ। ਹਾਂਜੀ, ਜਨ ਪੰਜਾਬ ਦੇਸ਼ ਕੋ ਮਿਲੇ, ਰਸਤੇ ਵਿੱਚ ਇਹਨੂੰ ਪੰਜਾਬ ਦੀ ਸੰਗਤ ਵੀ ਮਿਲਦੀ ਕੋਈ ਰਸਤੇ ਵਿੱਚ ਆਉਂਦੇ ਜਾਂਦੇ। ਗੁਰ ਸੁਧ ਤਿਸ ਕੋ ਬੂਝਤ ਭਲੇ, ਉਹਨਾਂ ਪਾਸੋਂ ਸਤਿਗੁਰਾਂ ਬਾਰੇ ਪੁੱਛਦਾ ਵੀ ਪੰਜਾਬ ਚੋਂ ਆਏ ਨੂੰ ਚਾਅ ਚੜ ਜਾਂਦਾ, ਸਤਿਗੁਰਾਂ ਕੋਲੋਂ ਆਏ ਉਹਨਾਂ ਦੇ ਦਰਸ਼ਨ ਕੀਤੇ ਨੇ ਕਿਹੋ ਜਿਹੇ ਨੇ ਉਹ, ਕਿਹੋ ਜਿਹਾ ਸਰੂਪ ਹੈ ਉਹਨਾਂ ਦਾ, ਇੱਦਾਂ ਪੁੱਛਦਾ।
ਥਿਤ ਅਨੰਦਪੁਰ ਨਗਰ ਸੁਨਾਵੇ। ਕਿੱਥੇ ਨੇ ਇਸ ਵੇਲੇ ਸਤਿਗੁਰੂ ਜੀ? ਉਹ ਦੱਸਦੇ ਨੇ ਅੱਗੋਂ ਜਿਹੜੇ ਪੰਜਾਬ ਤੋਂ ਕੋਈ ਸਿੱਖ ਮਿਲਦਾ ਉਹ ਦੱਸਦੇ ਕਿ ਸਤਿਗੁਰੂ ਜੀ ਇਸ ਵੇਲੇ ਸ੍ਰੀ ਅਨੰਦਪੁਰ ਸਾਹਿਬ ਹਨ। ਸੰਗਤ ਦਰਸ ਹਜ਼ਾਰੋਂ ਆਵੇ। ਉਹਨਾਂ ਦੇ ਦਰਸ਼ਨਾਂ ਨੂੰ ਸੈਂਕੜਿਆਂ ਦੀ ਗਿਣਤੀ ਚ, ਹਜ਼ਾਰਾਂ ਦੀ ਗਿਣਤੀ ਚ ਸੰਗਤ ਚੱਲ ਕੇ ਆਉਂਦੀ ਹੈ। ਦਿਨ ਪ੍ਰਤ ਕੂਚ ਕਰਤ ਮਗ ਆਵਤ। ਦਿਨ ਪ੍ਰਤੀ ਦਿਨ ਰਾਹ ਤੈ ਕਰਦਿਆਂ, ਪੈਂਡਾ ਤੈ ਕਰਦਿਆਂ ਰਾਜਾ ਰਤਨ ਰਾਏ ਤੁਰਿਆ ਆਉਂਦਾ। ਸਰਤਾ ਬ੍ਰਿੰਦ ਉਲੰਘ ਉਤਲਾਵਤ। ਆਸਾਮ ਤੋਂ ਚੱਲਿਆ ਰਸਤੇ ਚ ਕਈ ਨਦੀਆਂ ਆਉਂਦੀਆਂ ਨੇ, ਕਈ ਦਰਿਆ ਆਉਂਦੇ ਨੇ, ਉਹਨਾਂ ਨੂੰ ਲੰਘ ਕੇ ਪਾਰ ਚੱਲਦਾ ਆ ਰਿਹਾ। ਪੁਨ ਗ੍ਰਾਮਨ ਕੋ ਪਿਖ ਪਿਖ ਛੋਰਾ। ਰਸਤੇ ਚ ਬਹੁਤ ਸਾਰੇ ਪਿੰਡ, ਸ਼ਹਿਰ, ਕਸਬੇ ਉਹਨਾਂ ਦੇ ਵਿੱਚੋਂ ਲੰਘਦਾ ਆ ਰਿਹਾ। ਚੱਲਿਓ ਆਏ ਸਤਿਗੁਰ ਕੀ ਔਰਾ। ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਵੱਲ ਵਧਦਾ ਆ ਰਿਹਾ ਹੈ। ਸੁਰ ਸਰ ਤਰੀ ਉਲੰਗੀ ਜਮਨਾ। ਚੱਲ ਕੇ ਆਇਆ ਸੁਰਸਰੀ। ਸੁਰਸਰੀ ਦਾ ਮਤਲਬ ਹੁੰਦਾ ਗੰਗਾ, ਦੇਵ ਨਦੀ ਗੰਗਾ। ਗੰਗਾ ਪਾਰ ਕੀਤੀ ਤੇ ਜਮਨਾ ਦੇ ਕੰਢੇ ਪੁੱਜਿਆ। ਜਿਨ ਕੇ ਮਜਨ ਤ੍ਰਾਸ ਜਮਨਾ। ਔਰ ਆ ਕੇ ਜਮਨਾ ਪਾਰ ਕੀਤੀ ਹੈ, ਇਹਨਾਂ ਨੂੰ ਪਵਿੱਤਰ ਨਦੀਆਂ ਦਾ ਰੁਤਬਾ ਪ੍ਰਾਪਤ ਹੈ, ਮਾਨਿਅਤਾ ਹੈ ਸਨਾਤਨ ਵੀਰਾਂ ਦੀ ਕਿ ਗੰਗਾ ਤੇ ਜਮਨਾ ਵਿੱਚ ਇਸ਼ਨਾਨ ਕੀਤਿਆਂ ਜਮ ਨਹੀਂ ਪਾਉਂਦਾ, ਜਮ ਨਹੀਂ ਆ ਕੇ ਸਤਾਉਂਦਾ। ਚੱਲ ਤੇ ਅਨੰਦਪੁਰਾ ਨਿਆਰਾਇਓ। ਚਲਦਿਆਂ ਚਲਦਿਆਂ ਜਦੋਂ ਜਮਨਾ ਪਾਰ ਕੀਤੀ ਤੇ ਸਮਝ ਲਓ ਪੰਜਾਬ ਵਾਲੇ ਪਾਸੇ ਨੂੰ ਆ ਗਏ। ਚਲਦਿਆਂ ਚਲਦਿਆਂ ਸ੍ਰੀ ਅਨੰਦਪੁਰ ਸਾਹਿਬ ਨੇੜੇ ਰਹਿ ਗਿਆ। ਪੁੱਤਰ ਮਾਈ ਪਤ ਕੋ ਹਰ ਖਾਇਓ। ਪਾਸੇ ਨੂੰ ਚਾਹ ਚੜ ਗਿਆ ਵੀ ਮੈਂ ਪੰਜਾਬ ਆ ਪਹੁੰਚਿਆ ਹਾਂ। ਰਾਕੇ ਪੁਸ਼ਟ ਤੁਰੰਗਮ ਸਾਰੇ। ਸਾਰੇ ਘੋੜੇ ਚੰਗੀ ਤਰ੍ਹਾਂ ਰਿਸ਼ਟ ਪੁਸ਼ਟ ਰੱਖੇ ਹਨ। ਤਿਮ ਕੁੰਚਰ ਪੀ ਧਨ ਬਲ ਪਾਰੇ। ਜਿਹੜੇ ਘੋੜੇ ਮਹਾਰਾਜ ਜੀ ਨੂੰ ਭੇਟ ਕਰਨੇ ਸੀ ਉਹਨਾਂ ਦੀ ਖੁਰਾਕ ਦਾ ਪੂਰਾ ਖਿਆਲ ਰੱਖਿਆ, ਉਹਦੇ ਤੇ ਕੋਈ ਬੰਦਾ ਨੀ ਚੜਨ ਦਿੱਤਾ, ਟੋਰ ਕੇ ਲਿਆਂਦੇ ਹੋ, ਪਰ ਉਹਨਾਂ ਨੂੰ ਰਿਸ਼ਟ ਪੁਸ਼ਟ ਰੱਖਿਆ। ਫਿਰ ਜਿਹੜਾ ਹਾਥੀ ਲਿਆਂਦਾ ਮਹਾਰਾਜ ਜੀ ਨੂੰ ਭੇਟਾ ਕਰਨ ਲਈ ਪ੍ਰਸ਼ਾਦੀ, ਉਹਦਾ ਵੀ ਖਾਣ ਦਾ ਚੰਗੀ ਤਰ੍ਹਾਂ ਉਹਦਾ ਪ੍ਰਬੰਧ ਕੀਤਾ ਹੈ। ਸਾਥ ਅਸੂ ਦਾ ਲਸ਼ਕਰ ਭਲੇ। ਜਿੰਨਾ ਸਾਰਾ ਲਸ਼ਕਰ ਬੜੇ ਸੁਖੀ ਢੰਗ ਦੇ ਨਾਲ, ਖੁਸ਼ਹਾਲ ਢੰਗ ਨਾਲ ਆਇਆ। ਸਨੇ ਸਨੇ ਬੱਡ ਮਾਰਗ ਚਲੇ। ਇੱਦਾਂ ਸਨੇ ਸਨੇ ਸਹਿਜੇ ਸਹਿਜੇ ਵੱਡਾ ਪੈਂਡਾ ਤੈਅ ਕਰਦੇ ਆ ਰਹੇ ਹਨ। ਸੁਤਦਰਵ ਤੀਰ ਆਨ ਕਰ ਹੇਰਾ। ਸਤਲੁਜ ਦਰਿਆ ਦੇ ਕੰਢੇ ਆਏ, ਸਤਲੁਜ ਵੇਖਿਆ। ਨੇਤਰ ਤੁੰਗ ਕੋ ਸੈਲ ਬਡੇਰਾ। ਅਨੰਦਪੁਰ ਸਾਹਿਬ ਦੇ ਨੇੜੇ ਪਹੁੰਚੇ, ਵੇਖਿਆ ਦੂਰੋਂ ਨੇਤਰ ਤੁੰਗ। ਨੇਤਰ ਤੁੰਗ ਕਹਿੰਦੇ ਨੈਣਾ ਦੇਵੀ ਦਾ ਟਿੱਲਾ। ਕਲਗੀਧਰ ਨੇ ਆਪਣੀ ਬਾਣੀ ਚ ਇਹਦਾ ਜ਼ਿਕਰ ਕੀਤਾ, ਨੇਤਰ ਤੁੰਗ ਕੇ ਚਰਨ ਤਾਰ ਸਤਦਰਵ ਤੀਰ ਤਰੰਗ। ਸ੍ਰੀ ਭਗਵਤ ਪੂਰਨ ਕੀਓ ਰਘਵਰ ਕਥਾ ਪ੍ਰਸੰਗ। ਰਾਮਾਵਤਾਰ ਮਹਾਰਾਜ ਜੀ ਨੇ ਵਿਭੌਰ ਸਾਹਿਬ ਲਿਖਿਆ, ਜਿੱਥੇ ਚੌਪਈ ਸਾਹਿਬ ਦੀ ਸਿਰਜਣਾ ਹੋਈ 405 ਚਰਿੱਤਰ ਵੀ ਮਹਾਰਾਜ ਜੀ ਨੇ ਉੱਥੇ ਹੀ ਬਹਿ ਕੇ ਲਿਖੇ। ਰਾਮਾਵਤਾਰ ਪਾਤਸ਼ਾਹ ਨੇ ਉੱਥੇ ਰਚਿਆ, ਉਹਦਾ ਐਡਰੈਸ ਦਿੱਤਾ ਕਿੱਥੇ, ਨੇਤਰ ਤੁੰਗ ਕੇ। ਨੇਤਰ ਤੁੰਗ ਯਾਨੀ ਕਿ ਨੈਣਾ ਦੇਵੀ ਦਾ ਟਿੱਲਾ। ਅੱਜ ਵੀ ਤੁਸੀਂ ਅਨੰਦਪੁਰ ਸਾਹਿਬ ਜਾਓ, ਸਭ ਤੋਂ ਉੱਚੀ ਚੋਟੀ ਨੈਣਾ ਦੇਵੀ ਦੇ ਟਿੱਲੇ ਦੀ ਨਜ਼ਰ ਆਉਂਦੀ ਹੈ। ਜਦੋਂ ਇਹ ਆਇਆ ਤੇ ਉੱਚਾ ਟਿੱਲਾ ਨੈਣਾ ਦੇਵੀ ਦਾ ਇਹਨੂੰ ਦਿਸਿਆ ਹੈ।
ਪਹੁੰਚੇ ਗੁਰਪੁਰ ਪਿਖ ਸ਼ੁਭ ਥਾਨ। ਗੁਰਪੁਰੀ ਸ੍ਰੀ ਅਨੰਦਪੁਰ ਸਾਹਿਬ ਖਾਲਸੇ ਦੀ ਜਨਮ ਭੂਮੀ ਦੇ ਕੋਲ ਇਹਨੇ ਪ੍ਰਵੇਸ਼ ਕੀਤਾ। ਮਹਾਰਾਜ ਜੀ ਦੀ ਨਗਰੀ ਵੇਖੀ, ਸ਼ੁਭ ਥਾਂ ਵੇਖਿਆ। ਜੈ ਛਾਇਆ ਰਮਣੀਕ ਮਾਨ, ਜਿੱਥੇ ਚੰਗੀ ਵਧੀਆ ਛਾਂ ਹੋਵੇ, ਪਾਣੀ ਦਾ ਪ੍ਰਬੰਧ ਸਹੀ ਹੋਵੇ, ਉਹ ਜਗ੍ਹਾ ਵੇਖ ਕੇ ਸਿਵਰ ਕਰਿਓ ਤੰਬੂ ਲਗਵਾਏ। ਇਹਨੇ ਡੇਰਾ ਕੀਤਾ ਔਰ ਆਪਣਾ ਤੰਬੂ ਲਵਾਇਆ ਹੈ। ਸੁਧ ਇਤ ਸ਼ੁਭ ਨਰ ਤਬੇ ਪਠਾਏ। ਔਰ ਇੱਕ ਸੇਵਾਦਾਰ ਜਿਹੜਾ ਭਾਵਨਾ ਵਾਲਾ ਸੀ, ਸਤਿਗੁਰਾਂ ਦੇ ਦਰਬਾਰ ਚ ਭੇਜਿਆ ਕਿ ਆਪਣੇ ਆਉਣ ਦੀ ਖਬਰ ਦੇਣ ਲਈ। ਸਤਿਗੁਰ ਪੋਰ ਜਨਾਏ ਬਿਰਤਾਂਤ, ਸੇਵਾਦਾਰ ਮਹਾਰਾਜ ਜੀ ਦੇ ਦਰਵਾਜੇ ਤੇ ਪਹੁੰਚਿਆ। ਦਰਸ਼ਨੀ ਡੋੜੀ ਤੇ ਖਲੋਤੇ ਸੇਵਾਦਾਰ ਨੂੰ ਜਾ ਕੇ ਦੱਸਿਆ ਕਿ ਅਸਾਮ ਦਾ ਰਾਜਾ ਗੁਰਦੇਵ ਦੇ ਦਰਸ਼ਨਾਂ ਦੀ ਕਾਂਖਾ ਲੈ ਕੇ ਪਹੁੰਚਿਆ ਹੈ। ਦੇਸ਼ ਅਸਾਮ ਨਿਰਪਤ ਕੋ ਤਾਤ, ਅਸਾਮ ਦੇ ਦੇਸ਼ ਦਾ ਜਿਹੜਾ ਰਾਜਾ ਰਾਮ ਰਾਏ ਨੌਵੇਂ ਪਾਤਸ਼ਾਹ ਦਾ ਸ਼ਰਧਾਲੂ ਸੀ, ਉਹਦਾ ਲੜਕਾ ਰਾਜਾ ਰਤਨ ਰਾਏ ਮਹਾਰਾਜ ਜੀ ਦੇ ਦਰਸ਼ਨਾਂ ਨੂੰ ਆਇਆ ਹੈ। ਗੁਰ ਕੋ ਸਿੱਖ ਦਰਸ਼ਨ ਤੇ ਆਇਓ, ਰਾਜਾ ਬਣ ਕੇ ਨਹੀਂ ਆਇਆ, ਉਹ ਗੁਰੂ ਕਾ ਸਿੱਖ ਹੈ ਤੇ ਸਿੱਖ ਬਣ ਕੇ ਆਇਆ ਦਰਸ਼ਨ ਕਰਨ ਲਈ। ਸ਼ਰਧਾ ਧਰੇ ਪਾਓ ਅਧਿਕਾਇਓ, ਉਹਦੇ ਮਨ ਵਿੱਚ ਸਾਹਿਬ ਜੀ ਪ੍ਰਤੀ ਸ਼ਰਧਾ ਹੈ, ਪ੍ਰੇਮ ਹੈ, ਭਾਵਨਾ ਹੈ। ਪੋਰ ਦਾਰ ਚੱਲ ਗਯੋ ਹਜ਼ੂਰ, ਏਦਾਂ ਜਿਹੜਾ ਦਰਸ਼ਨੀ ਡੋੜੀ ਤੇ ਸੇਵਾਦਾਰ ਖਲੋਤਾ ਸੀ, ਉਹ ਮਹਾਰਾਜ ਜੀ ਦੇ ਦਰਬਾਰ ਵਿਚ ਜਿੱਥੇ ਪਾਤਸ਼ਾਹ ਦਾ ਆਸਣ ਹੈ ਉਥੇ ਪਹੁੰਚਿਆ ਦੱਸਣ ਲਈ। ਅਰਜ਼ ਗੁਜ਼ਾਰੀ ਸਹਿਤ ਸ਼ਹੂਰ, ਮਹਾਰਾਜ ਜੀ ਦੇ ਕੋਲ ਜਾ ਕੇ ਅਰਜ਼ ਕੀਤੀ, ਬੇਨਤੀ ਕੀਤੀ ਬੜੀ ਸਿਆਣਪ ਨਾਲ। ਸੁਣ ਕਲਗੀਧਰ ਹੁਕਮ ਬਖਾਨਾ, ਸੁਣ ਕੇ ਕਲਗੀਧਰ ਜੀ ਨੇ ਬਚਨ ਕੀਤਾ, ਅੱਗੋਂ ਕਹਿਣ ਲੱਗੇ ਗੁਰ ਘਰ ਤੇ ਦੇਉ ਦੇਗ ਮਾਨਾ। ਮਹਾਰਾਜ ਜੀ ਕਹਿੰਦੇ ਜਿਉ ਆਇਆ, ਜੇ ਰਾਜਾ ਜੀ ਆਏ ਨੇ ਤੇ ਜਿਉ ਆਇਆ। ਪਾਤਸ਼ਾਹ ਨੇ ਹੁਕਮ ਕੀਤਾ ਵੀ ਗੁਰੂ ਕੇ ਲੰਗਰਾਂ ਚ ਉਥੇ ਉਹਨਾਂ ਕੋਲ ਲੰਗਰ ਭੇਜੋ, ਰਸਤ ਬਸਤ ਭੇਜੋ ਜੋ ਉਹਨਾਂ ਨੂੰ ਚਾਹੀਦਾ ਹੈ। ਤ੍ਰਿਣ ਦਾਨਾ ਕ੍ਰਿਤ ਸਿਤਾ ਨਿਹਾਰੀ, ਘੋੜਿਆਂ ਵਾਸਤੇ ਘਾਹ ਪੱਠੇ ਦਾ ਪ੍ਰਬੰਧ ਕਰੋ, ਖੰਡ ਘਿਓ ਆਟਾ ਜੋ ਕੁਝ ਚਾਹੀਦਾ ਉਹਨਾਂ ਕੋਲ ਪਹੁੰਚਦਾ ਕਰੋ। ਦੇਹੋ ਤੁਰੰਗਮ ਜੇ ਗਜ ਪਾਰੀ, ਜਿਹੜਾ ਉਹ ਹਾਥੀ ਲੈ ਕੇ ਆਏ ਨੇ, ਮਹਾਰਾਜ ਜੀ ਜਾਣੀ ਜਾਣ ਜਾਣਦੇ ਨੇ, ਕਹਿੰਦੇ ਵੀ ਉਹਦੇ ਵਾਸਤੇ ਵੀ ਚੰਗੀ ਵਧੀਆ ਖੁਰਾਕ, ਕੋਈ ਘਿਓ ਵਗੈਰਾ ਜਾਂ ਚੂਰੀ ਆਦਿਕ ਉਹਨੂੰ ਭੇਜੋ, ਚੰਗੇ ਮਸਾਲੇ ਵਗੈਰਾ ਵੀ ਉਹਨੂੰ ਦਿਓ। ਆਏ ਮਸੰਦਨ ਕੋ ਤਿੰਨ ਕਹਿਓ, ਸੇਵਾਦਾਰ ਨੇ ਆ ਕੇ, ਕਿਉਂਕਿ ਇਹ ਸਾਰਾ ਕੰਮ ਮਸੰਦ ਕਰਦੇ ਸੀ, ਮਸੰਦਾ ਨੂੰ ਆ ਕੇ ਗੁਰਦੇਵ ਦਾ ਹੁਕਮ ਸੁਣਾਇਆ। ਜਬ ਗੁਰ ਹੁਕਮ ਸਭਨੂੰ ਲਇਓ, ਜਦੋਂ ਸਭ ਨੇ ਜਾਣਿਆ ਕਿ ਸਤਿਗੁਰੂ ਜੀ ਦਾ ਹੁਕਮ ਹੋਇਆ ਹੈ। ਨ੍ਰਿਪ ਸੁਤ ਨਿਕਟ ਮੇਵਰੇ ਗਏ, ਔਰ ਉਸ ਵੇਲੇ ਇੱਕ ਮੇਵੜਾ ਰਾਜੇ ਰਤਨ ਰਾਏ ਦੇ ਕੋਲ ਗਿਆ। ਜਥਾ ਯੋਗ ਇਤ ਖੈ ਬੇਦਏ, ਜਥਾ ਯੋਗ ਜੋ ਜੋ ਚਾਹੀਦਾ ਤੇ ਉਹ ਵਸਤੂਆਂ ਉਹਨਾਂ ਕੋਲ ਪਹੁੰਚਦੀਆਂ ਕੀਤੀਆਂ, ਲੰਗਰ ਪ੍ਰਸ਼ਾਦੇ ਦਾ ਪ੍ਰਬੰਧ ਕੀਤਾ, ਘੋੜਿਆਂ ਦੇ ਘਾਹ ਪੱਠੇ ਦਾ ਪ੍ਰਬੰਧ ਕੀਤਾ, ਹਾਥੀ ਦੇ ਘਾਹ ਪੱਠੇ ਦਾ ਪ੍ਰਬੰਧ ਕੀਤਾ ਹੈ। ਸਰਬ ਰੀਤ ਸੁਖ ਪਾਏ ਕਨੇਰਾ, ਸਰਬ ਰੀਤੀਆਂ ਨਾਲ ਸਾਰੇ ਸੁਖ ਇਹਨਾਂ ਨੇ ਪ੍ਰਾਪਤ ਕੀਤੇ ਗੁਰੂ ਕਲਗੀਧਰ ਦੀ ਕਿਰਪਾ ਸਦਕਾ। ਗੁਰਨ ਸਰਾਹੇ
ਸਦਰ ਹੋ ਡੇਰਾ। ਔਰ ਬੜੀ ਸਲਾਘਾ ਕਰਦੇ ਕਿ ਸਤਿਗੁਰੂ ਸੱਚੇ ਪਾਤਸ਼ਾਹ ਨੇ ਤਾਂ ਸਾਡੇ ਤੇ ਬੜਾ ਹੀ ਤਰਸ ਕੀਤਾ ਵੀ ਸਾਨੂੰ ਜੋ ਚੀਜ਼ਾਂ ਚਾਹੀਦੀਆਂ ਜਾਣੀ ਜਾਣ ਨੇ ਸਭ ਕੁਝ ਸਾਡੇ ਕੋਲ ਪਹੁੰਚਦਾ ਕਰ ਦਿੱਤਾ ਹੈ। ਚਾਹੀ ਵਸਤ ਤਤ ਛਿੰਨ ਪਹੁੰਚਾਈ, ਜਿਹੜੀਆਂ ਚੀਜ਼ਾਂ ਚਾਹੀਦੀਆਂ ਨੇ ਤਤ ਛਿੰਨ ਸਾਡੇ ਕੋਲ ਪਹੁੰਚਦੀਆਂ ਹੋ ਗਈਆਂ ਨੇ। ਉਪਤ ਪਾਏ ਸੋ ਨਿਸਾ ਬਿਤਾਈ, ਕਿਉਂਕਿ ਵਾਹਵਾ ਦੂਰੋਂ ਆਏ ਸੀ, ਚੱਲ ਕੇ ਰਾਤ ਪੈ ਗਈ ਸੀ, ਇਹਨਾਂ ਨੇ ਭੋਜਨ ਛਕਿਆ, ਲੰਗਰ ਪ੍ਰਸ਼ਾਦਾ ਛਕਿਆ ਤੇ ਰਾਤ ਨੂੰ ਆਪੋ ਆਪਣੇ ਆਸਣਾ ਤੇ ਸੁਖ ਲਿਆ ਹੈ। ਸੋਚ ਇਸ਼ਨਾਨ ਠਾਨ ਸਾਵਧਾਨਾ, ਅਗਲੇ ਦਿਨ ਚੜਿਆ ਸੋਚ ਇਸ਼ਨਾਨ ਕਰਕੇ ਸਾਵਧਾਨ ਹੋਏ ਨੇ। ਨ੍ਰਿਪ ਨੰਦਨ ਅਭਿਲਾਖ ਮਹਾਨਾ, ਰਾਜੇ ਰਤਨ ਰਾਏ ਦੇ ਮਨ ਚ ਸਾਹਿਬ ਜੀ ਦੇ ਦਰਸ਼ਨਾਂ ਦੀ ਭਾਰੀ ਅਭਿਲਾਖਾ ਹੈ। ਪਟਿਓ ਮੁਸਾਹਿਬ ਸਤਿਗੁਰ ਦੁਆਰੇ, ਇਹਨੇ ਆਪਣਾ ਇੱਕ ਮੁਸਾਹਿਬ ਸਤਿਗੁਰਾਂ ਦੇ ਦਰਵਾਜੇ ਤੇ ਭੇਜਿਆ ਬੇਨਤੀ ਕਰਨ ਲਈ। ਰਾਵਰ ਦਰਸ਼ਨ ਚਾਹੇ ਉਦਾਰੇ, ਔਰ ਆਖਿਆ ਕਿ ਮਹਾਰਾਜ ਜੀ ਮੈਂ ਆਪ ਜੀ ਦੇ ਦਰਸ਼ਨਾਂ ਦੀ ਚਾਹਨਾ ਰੱਖ ਕੇ ਆਇਆ ਹਾਂ, ਮੈਨੂੰ ਅੱਜ ਦਰਸ਼ਨ ਦਿਓ। ਨੀਟ ਨੀਟ ਕਰ ਨਿਸਾ ਬਿਤਾਈ, ਮੇਰੇ ਕੋਲੋਂ ਤਾਂ ਰਾਤ ਵੀ ਕੱਟਣੀ ਔਖੀ ਸੀ, ਮੈਂ ਰਾਤ ਬੜੀ ਔਖੀ ਕੱਟੀ ਹੈ ਪਾਤਸ਼ਾਹ ਤੁਹਾਡੇ ਦਰਸ਼ਨਾਂ ਤੋਂ ਬਿਨਾ। ਮਿਲਿਓ ਚੈ ਤੋਂ ਪਰ ਸ਼ਰਨਾਈ, ਮੈਂ ਛੇਤੀ ਮਿਲਣਾ ਚਾਹੁੰਦਾ ਸਤਿਗੁਰੂ ਜੀ ਆਪ ਜੀ ਦੇ ਚਰਨਾਂ ਦੀ ਸ਼ਰਨ ਵਿਚ ਪੈ ਕੇ। ਸੁਧ ਕਲਗੀ ਧਰ ਟਿੱਗ ਪਹੁੰਚਾਈ, ਤੋ ਮੁਸਾਹਿਬ ਕਲਗੀ ਧਰ ਕੋਲ ਆਇਆ, ਰਾਜੇ ਰਤਨ ਰਾਏ ਦੀ ਜਿਹੜੀ ਭਾਵਨਾ ਸੀ ਉਹ ਮਹਾਰਾਜ ਜੀ ਦੇ ਅੱਗੇ ਪ੍ਰਗਟ ਕਰਕੇ ਉਹਨੇ ਸੁਣਾਈ। ਸੁਣ ਸ਼੍ਰੀ ਮੁਖ ਤੇ ਬਚ ਫੁਰਮਾਈ, ਸੁਣ ਕੇ ਜਗਤ ਗੁਰੂ ਬਾਜਾਂ ਵਾਲੇ ਪ੍ਰੀਤਮ ਜੀ ਬੋਲੇ। ਪਹਿਰ ਤੀਸਰੇ ਸਜੇ ਸੁਚੇਤਾ, ਆਖਿਆ ਕਿ ਅੱਜ ਤੀਸਰੇ ਪਹਿਰ ਜਦੋਂ ਦੀਵਾਨ ਸਜੇਗਾ ਨਾ ਉਦੋਂ ਆ ਜਾਏ ਰਾਜਾ ਰਤਨ ਰਾਏ ਤਿਆਰ ਬਰ ਤਿਆਰ ਹੋ ਕੇ। ਬੈਠੇ ਦਰਸ਼ਨ ਦੇ ਬੇਹੇਤਾ, ਉਦੋਂ ਅਸੀਂ ਦਰਸ਼ਨ ਦੇਣ ਲਈ ਦੀਵਾਨ ਸਜਾ ਕੇ ਬੈਠਾਂਗੇ। ਮਿਲੋ ਆਨ ਕਰ ਪੁਰੋ ਬਿਲਾਖਾ, ਸ਼ਾਮ ਦਾ ਜਦੋਂ ਦੀਵਾਨ ਸਜੇਗਾ ਰਾਜਾ ਰਤਨ ਰਾਏ ਜੀ ਆ ਜਾਣ, ਮਿਲ ਕੇ ਆਪਣੇ ਮਨ ਦੀ ਅਭਿਲਾਖਾ ਪੂਰੀ ਕਰ ਲੈਣ। ਸੁਧਰੈ ਜਨਮ ਭਾਉ ਅਸਰਾਖਾ, ਜੇ ਉਹਦੇ ਮਨ ਚ ਇਹੋ ਜਿਹਾ ਪ੍ਰੇਮ ਹੈ ਤੇ ਉਹਦਾ ਜਨਮ ਸੁਧਰ ਜਾਏਗਾ, ਉਹਦਾ ਜਨਮ ਸਫਲ ਹੋ ਜਾਏਗਾ। ਗਯੋ ਸਿਵਰ ਮੈਂ ਨ੍ਰਿਪਤ ਸੁਣਾਇਓ, ਇਹ ਸੁਣ ਕੇ ਉਹ ਮੁਸਾਹਿਬ ਵਾਪਸ ਆਇਆ, ਰਾਜੇ ਰਤਨ ਰਾਏ ਨੂੰ ਆ ਕੇ ਦੱਸਿਆ ਕਿ ਕਲਗੀਧਰ ਪਾਤਸ਼ਾਹ ਨੇ ਸ਼ਾਮ ਦੇ ਸਮੇਂ ਦੀਵਾਨ ਚ ਆਪ ਜੀ ਨੂੰ ਦਰਸ਼ਨ ਦੇਣੇ ਹਨ। ਹਰਕਤ ਮੁਖ ਪੰਕਜ ਬਿਕਸਾਇਓ, ਇਹਦਾ ਚਿਹਰਾ ਖਿੜ ਗਿਆ, ਬੜੀ ਖੁਸ਼ੀ ਹੋਈ ਮਨ ਵਿਚ ਕਿ ਸਤਿਗੁਰੂ ਜੀ ਦੇ ਦਰਸ਼ਨ ਹੋਣਗੇ, ਮਹਾਰਾਜ ਜੀ ਮੇਰੇ ਤੇ ਪ੍ਰਸੰਨ ਹਨ। ਕਰਿਓ ਹੁਕਮ ਹਾਥੀ ਸ਼ਿੰਗਾਰੋ, ਇਹਨੇ ਹੁਕਮ ਕੀਤਾ ਆਪਣਿਆਂ ਸਿਪਾਹੀਆਂ ਨੂੰ ਵੀ ਹਾਥੀ ਸ਼ਿੰਗਾਰੋ, ਜਿਹੜਾ ਮਹਾਰਾਜ ਜੀ ਨੂੰ ਭੇਟ ਕਰਨਾ ਨਾ, ਕਿਉਂਕਿ ਲੰਮਾ ਪੈਂਡਾ ਤੈਅ ਕਰਕੇ ਆਇਆ, ਮਿੱਟੀ ਘੱਟਾ ਉਹਦੇ ਤੇ ਜੰਮਿਆ ਹੋਣਾ, ਫਿਰ ਜਿਹੜੀ ਅੰਬਾਰੀ ਬਣਵਾਈ ਹੈ, ਜਿਹੜਾ ਸੋਨੇ ਦਾ ਹੌਦਾ ਬਣਵਾਇਆ, ਉਹਦੇ ਗਹਿਣੇ ਬਣਾਏ ਨੇ, ਉਹ ਪਾਉਣੇ ਆ ਉਹਦੇ ਸਰੀਰ ਤੇ। ਕਹਿਣ ਲੱਗਾ ਵੀ ਹਾਥੀ ਸ਼ਿੰਗਾਰੋ ਚੰਗੀ ਤਰ੍ਹਾਂ, ਜਲ ਤੇ ਮਲ ਕਰ ਰੰਗ ਨਿਕਾਰੋ, ਪਾਣੀ ਨਾਲ ਮਲ ਕੇ ਚੰਗੀ ਤਰ੍ਹਾਂ ਦੇ ਜਿਹੜਾ ਉਹਦਾ ਅਸਲ ਰੰਗ ਹੈ ਉਹ ਕੱਢੋ, ਕਿਉਂਕਿ ਰਸਤੇ ਚ ਮਿੱਟੀ ਘੱਟਾ ਪਿਆ ਹੋਇਆ ਸੀ, ਉਹਨੂੰ ਮਲ ਕੇ ਨਵਾ ਕੇ ਉਹਦਾ ਜਿਹੜਾ ਅਸਲ ਰੰਗ ਹੈ ਉਹ ਕੱਢੋ। ਜ਼ਰੀਦਾਰ ਬਰ ਮਖਮਲ ਝੂਲ, ਜਿਹੜਾ ਜ਼ਰੀਦਾਰ ਮਖਮਲ ਦੀ ਝੋਲਾ ਹੈ
ਜਿਹੜੀ ਉਹਦੇ ਵਾਸਤੇ ਸਪੈਸ਼ਲ ਉਚੇਚੇ ਤੌਰ ਤੇ ਬਣਵਾਈ ਹੈ ਕਿ ਸਤਿਗੁਰੂ ਜੀ ਨੇ ਬੈਠਣਾ ਉਹਦੇ ਤੇ, ਉਹਦੇ ਤੇ ਪਾਉਣੀ ਹੈ। ਲਗੇ ਬ੍ਰਿੰਦ ਜਾਬੂ ਨਦ ਫੂਲ, ਸੋਹਣੇ ਸੋਨੇ ਦੇ ਫੁੱਲ ਲੱਗੇ ਹੋਏ ਨੇ, ਉਹ ਦੁਸ਼ਾਲਾ ਉਹਦੇ ਤੇ ਪਾਉਣਾ, ਉਹ ਚੋਲ ਉਹਦੇ ਤੇ ਪਾਉਣੀ ਹੈ। ਸਿਰ ਪਰ ਝਾਲਰ ਚਲਕਤ ਜਰੀ, ਤੇ ਉਹਦੇ ਮੱਥੇ ਦੇ ਉੱਤੇ ਵੀ ਜਿਹੜੀ ਝਾਲਰ ਹੈ ਜਰੀਦਾਰ, ਉਹ ਚਮਕੇ। ਕਿਤ ਕਿਤ ਲਰਕਤ ਮੁਕਤਨ ਲਰੀ, ਉਹਦੇ ਨਾਲ ਨਾਲ ਕਹਿੰਦੇ ਮੋਤੀਆਂ ਦੀਆਂ ਲੜੀਆਂ ਲਟਕਦੀਆਂ ਹਨ। ਉਗਰੇ ਉਪਾਲ ਸੁਪੈਦਾ ਭਲੇ, ਕਹਿੰਦੇ ਚੰਗੀ ਤਰ੍ਹਾਂ ਮਲ ਕੇ ਨਵਾਇਆ ਨੌਕਰਾਂ ਨੇ। ਕਹਿੰਦੇ ਜਿਹੜਾ ਮੱਥਾ ਉਹ ਚਿੱਟਾ ਸੀ ਨਾ, ਉਹ ਮੈਲਾ ਹੋਇਆ ਹੋਇਆ ਸੀ, ਜਦੋਂ ਧੋ ਕੇ ਉਹਦਾ ਅਸਲ ਰੰਗ ਜਿਹੜਾ ਚਿੱਟਾ ਸੀ ਉਹ ਕੱਢਿਆ। ਸ਼ਿਆਮ ਬਰਨ ਸਭ ਤਨ ਪਰ ਮਲੇ, ਉਹਦਾ ਸਰੀਰ ਜਿਹੜਾ ਸੀ ਕਾਲੇ ਰੰਗ ਦਾ ਸੀ, ਮਿੱਟੀ ਨਾਲ ਧੂਸਰ ਜਿਹਾ ਹੋਇਆ ਸੀ, ਉਹ ਧੋ ਕੇ ਕਹਿੰਦੇ ਜਿਹੜਾ ਉਹਦਾ ਅਸਲ ਰੰਗ ਹੈ ਹਾਥੀ ਦਾ ਕਾਲਾ, ਉਹ ਕੱਢਿਆ ਬਾਹਰ ਧੋ ਕੇ। ਜਸ ਕਦ ਤਸਈ ਦਸਨ ਸੁਹਾਏ, ਫਿਰ ਜਿਹੋ ਜਿਹਾ ਉਹਦਾ ਕੱਦ ਆ ਉਦਾਂ ਦੇ ਹੀ ਉਹਦੇ ਸੋਹਣੇ ਦੰਦ ਨੇ ਹਾਥੀ ਦੇ। ਹਾਟਕ ਚੂੜੇ ਰੂੜ ਚੜਾਏ, ਜਿਹੜੇ ਹਾਥੀ ਦੇ ਦੰਦ ਮੂੰਹ ਚੋਂ ਬਾਹਰ ਨਿਕਲੇ ਹੁੰਦੇ ਨੇ, ਉਹਦੇ ਤੇ ਸੋਨੇ ਦੇ ਚੂੜੇ ਬਣਾ ਕੇ ਚਾੜੇ ਨੇ। ਸੋਨੇ ਦਾ ਚੂੜਾ ਜਿਹਾ ਬਣਾ ਕੇ ਨਾ ਉਹ ਹਾਥੀ ਦੇ ਦੰਦਾਂ ਦੇ ਉੱਤੇ ਚਾੜਿਆ ਹੋਇਆ ਸ਼ਿੰਗਾਰ ਕਰਨ ਲਈ। ਚਾਂਦੀ ਕੇ ਸਿੰਖਲ ਕਰਵਾਏ, ਜਿਹੜਾ ਉਹਦੇ ਪੈਰਾਂ ਚ ਸੰਗਲ ਪਾਉਣ ਨੂੰ ਬਣਾਏ ਨੇ ਉਹ ਵੀ ਚਾਂਦੀ ਦੇ, ਲੋਹੇ ਦੇ ਨਹੀਂ। ਬਾਜਾਂ ਵਾਲੇ ਪਾਤਸ਼ਾਹ ਨੂੰ ਹਾਥੀ ਭੇਟ ਕਰਨਾ, ਸ਼ਹਿਨਸ਼ਾਹ ਨੇ ਇਹਦੇ ਤੇ ਸਵਾਰ ਹੋਣਾ, ਇਹ ਇੱਛਾ ਸੀ ਰਾਜੇ ਰਤਨ ਰਾਏ ਦੀ। ਕਹਿੰਦੇ ਉਹਦੇ ਜਿਹੜੇ ਪੈਰਾਂ ਦੇ ਵਿੱਚ ਪਾਉਣ ਵਾਲੇ ਸੰਗਲ ਨੇ ਉਹ ਵੀ ਚਾਂਦੀ ਦੇ ਬਣਵਾਏ ਹਨ। ਚਾਰ ਪਗਨ ਮੈਂ ਰਾਏ ਸੁਹਾਏ, ਤੇ ਚਾਂਦੀ ਦੇ ਕੰਗਣ ਜੇ ਬਣਾ ਕੇ ਨਾ ਉਹ ਮੋਟੇ ਮੋਟੇ ਉਹਦੇ ਚਾਰਾਂ ਪੈਰਾਂ ਵਿੱਚ ਪਾਏ ਹੋਏ ਨੇ। ਤਿਮਈ ਕਰੇ ਤੁਰੰਗਮ ਤਿਆਰੇ, ਇਸੇ ਤਰ੍ਹਾਂ ਹੀ ਘੋੜੇ ਜਿਹੜੇ ਮਹਾਰਾਜ ਜੀ ਨੂੰ ਭੇਟ ਕਰਨੇ, ਪੰਜ ਘੋੜੇ ਬੜੇ ਸੋਹਣੇ, ਉਹ ਵੀ ਉਸੇ ਤਰ੍ਹਾਂ ਸ਼ਿੰਗਾਰੇ ਨੇ, ਉਹਨਾਂ ਨੂੰ ਵੀ ਤਿਆਰ ਕੀਤਾ। ਜਰੇ ਜੀਨ ਜਾਂਬੂ ਨਦ ਡਾਰੇ, ਉਹਨਾਂ ਤੇ ਵੀ ਸੋਹਣੀਆਂ ਜੀਨਾਂ ਕਾਠੀਆਂ ਪਾਈਆਂ, ਤੇ ਕਾਠੀਆਂ ਦੇ ਵਿੱਚ ਸੋਨੇ ਦੇ ਫੁੱਲ ਲੱਗੇ ਹੋਏ ਨੇ। ਸ਼ਸਤਰ ਪੰਚ ਕਲ ਚੌਂਕੀ ਚਾਰੂ, ਫਿਰ ਪੰਚਕਲਾ ਸ਼ਸਤਰ ਸੋਹਣੀ ਚੌਂਕੀ, ਜਾਮ ਕਟੋਰਾ ਸ਼ੁਭ ਦੁੱਤੀ ਵਾਰੂ, ਚਾਂਦੀ ਦਾ ਬੜਿਆ ਬੜਾ ਕੀਮਤੀ ਵਧੀਆ ਕਟੋਰਾ। ਇਸ ਕਟੋਰੇ ਦੀ ਖਾਸੀਅਤ ਸੀ ਵੀ ਇਹਦੇ ਵਿੱਚ ਧਰਤੀ ਤੇ ਆਕਾਸ਼ ਦੋਨਾਂ ਦੇ ਨਕਸ਼ੇ ਬਣੇ ਹੋਏ ਸੀ, ਤੇ ਕਹਿੰਦੇ ਉਹ ਬੜਾ ਸੋਹਣਾ, ਇਹਨੂੰ ਤਲਿਸਮੀ ਕਟੋਰਾ ਵੀ ਕਹਿੰਦੇ ਆ, ਉਹ ਵੀ ਇਹਨੇ ਲਿਆ ਸਤਿਗੁਰਾਂ ਨੂੰ ਭੇਟਾ ਕਰਨ ਲਈ ਤਿਆਰ ਕੀਤਾ। ਕੰਕਨ ਕੰਚਨ ਬਜਰ ਜਰਾਏ, ਸੋਹਣੇ ਸੋਨੇ ਦੇ ਕੜੇ ਜਿਨ੍ਹਾਂ ਚ ਹੀਰੇ ਜੜੇ ਹੋਏ ਨੇ। ਬਹੁ ਬਨਾਵ ਕੇ ਬਸਤਰ ਬਣਾਏ, ਕਈ ਰੰਗਾਂ ਦੇ ਸੋਹਣੇ ਬਸਤਰ ਮਹਾਰਾਜ ਜੀ ਲਈ ਲੈ ਕੇ ਆਇਆ ਹੈ। ਤਿਆਰ ਕਰੀ ਇਤਿਆਦਿ ਅਕੋਰ, ਇਤਿਆਦਿ ਕੋਰ ਬਹੁਤ ਸਾਰੀਆਂ ਭੇਟਾਵਾਂ ਰਾਜੇ ਰਤਨ ਰਾਏ ਨੇ ਤਿਆਰ ਕਰਵਾਈਆਂ ਹਨ। ਅਰਪਣ ਸ਼੍ਰੀ ਗੁਰਹਿਤ ਕਰ ਜੋਰ, ਸਾਰੀਆਂ ਭੇਟਾਵਾਂ ਸਤਿਗੁਰੂ ਸੱਚੇ ਪਾਤਸ਼ਾਹ ਦੇ ਚਰਨਾਂ ਵਿੱਚ ਅਰਪਣ ਕਰਨ ਵਾਸਤੇ ਤਿਆਰ ਕੀਤੀਆਂ ਨੇ। ਬਸਤਰ ਵਿਭੂਖਣ ਮੋਲ ਕਨੇਰੇ, ਬੜੇ ਕੀਮਤੀ ਗਹਿਣੇ, ਬੜੇ ਕੀਮਤੀ ਬਸਤਰ ਉਹ ਮਹਾਰਾਜ ਜੀ ਲਈ ਲਿਆਂਦੇ ਹਨ। ਪਹਿਰਨ ਤਨ ਸਤਿਗੁਰ ਤਿਸ ਬੇਰੇ, ਜਿਹੜੇ ਸਤਿਗੁਰਾਂ ਦੇ ਪਹਿਨਣ ਯੋਗ ਨੇ, ਇਹੋ ਜਿਹੇ ਕੀਮਤੀ ਬਸਤਰ ਗਹਿਣੇ ਆਭੂਸ਼ਣ ਉਹ ਰਾਜੇ ਰਤਨ ਰਾਏ ਨੇ ਲਿਆਂਦੇ ਨੇ ਉਚੇਚੇ ਤੌਰ ਤੇ। ਸਚਿਵ
ਸੈਨ ਸਭ ਸ਼ੁਭ ਬਣੇ। ਇਹਦੀ ਜਿੰਨੀ ਫੌਜ ਇਹਦੇ ਨਾਲ ਸੀ, ਇਹਦੇ ਸਿਪਾਹੀ, ਇਹਦੇ ਜਿਹੜੇ ਵਜ਼ੀਰ ਸਾਰੇ ਤਿਆਰ ਹੋਏ ਹਨ। ਵਸਤਰ ਸ਼ਸਤਰ ਧਰ ਜੇ ਮੁਲਕ ਨੇ, ਜਿਨ੍ਹਾਂ ਨੇ ਬਹੁ ਮੁੱਲੇ ਵਸਤਰ ਸ਼ਸਤਰ ਸਰੀਰ ਤੇ ਧਾਰਨ ਕੀਤੇ ਨੇ। ਇਮਤਿਆਰੀ ਕਰਤੇ ਸਭ ਰੀਤ, ਇਹਦਾ ਭਲੀ ਪ੍ਰਕਾਰ ਨਾਲ ਸਾਰੀ ਤਿਆਰੀ ਕਰਕੇ, ਤੀਨ ਪੈਰ ਗਏ ਬਾਸੁਰ ਬੀਤ, ਤਿੰਨ ਪੈਰ ਦਿਨ ਬੀਤ ਗਿਆ ਸੀ, ਸ਼ਾਮ ਦਾ ਵੇਲਾ ਹੋ ਚੁੱਕਾ ਸੀ ਜਦੋਂ ਮਹਾਰਾਜ ਜੀ ਦਾ ਦੀਵਾਨ ਸਜਿਆ। ਤਿਸ ਛਿਨ ਆਏ ਮੇਵਰ ਆ ਗਏ ਹੋਈ ਟਾਈਮ, ਜਿਹੜੇ ਸਮੇਂ ਚ ਹੁਣ ਆਪਾਂ ਬੈਠੇ ਆ, ਪਿਛਲੇ ਪਹਿਰ ਦਾ ਦੀਵਾਨ ਮਹਾਰਾਜ ਜੀ ਦਾ ਸਜ ਗਿਆ ਤੇ ਮੇਵੜੇ ਨੇ ਜਾ ਕੇ ਰਾਜੇ ਰਤਨ ਰਾਏ ਨੂੰ ਦੱਸਿਆ। ਉਪਤ ਸਾਥ ਪਾਖ ਤੋਂ ਪਇਓ, ਮੇਵੜੇ ਨੇ ਜਾ ਕੇ ਰਾਜੇ ਰਤਨ ਰਾਏ ਨੂੰ ਕਿਹਾ, ਸਭਾ ਵਿਖੇ ਪਾਗੁਰ ਆਗਮਨ, ਆਖਿਆ ਐ ਰਾਜਨ ਗੁਰੂ ਕਲਗੀਆਂ ਵਾਲੇ ਪਾਤਸ਼ਾਹ ਜੀ ਦੀਵਾਨ ਵਿਚ ਆ ਗਏ ਹਨ। ਸਿੱਖ ਉਡਗਨ ਮੈਂ ਸਤ ਗੁਣ ਪਵਨ, ਸਿੱਖਾਂ ਰੂਪੀ ਤਾਰਿਆਂ ਵਿਚ ਗੁਰੂ ਕਲਗੀ ਧਰ ਚੰਨ ਬਣ ਕੇ ਸੋਭ ਰਹੇ ਨੇ ਤੇ ਉਸ ਚੰਨ ਦੇ ਦਰਸ਼ਨ ਤੂੰ ਵੀ ਚਕੋਰ ਬਣ ਕੇ ਕਰ ਲੈ। ਮਹਾਰਾਜ ਜੀ ਦਾ ਦਰਬਾਰ ਸਜ ਗਿਆ ਹੈ। ਬੈਠੇ ਪਾਵਨ ਦਰਸ਼ਨ ਹੇਤ, ਪਰ ਸਿੱਖ ਮਹਾਰਾਜ ਜੀ ਦੇ ਪਵਿੱਤਰ ਦਰਸ਼ਨ ਕਰਨ ਲਈ ਕੋਲ ਬੈਠੇ ਨੇ। ਸੰਗਤ ਸਕਲ ਮਨੋਰਥ ਲੇਤ, ਸਾਰੀਆਂ ਸੰਗਤਾਂ ਮਹਾਰਾਜ ਜੀ ਦੇ ਕੋਲ ਆਪਣੇ ਮਨੋਰਥ ਪੂਰੇ ਕਰ ਰਹੀਆਂ ਨੇ। ਰਤਨ ਰਾਏ ਸੁਨ ਹਰਖਤ ਪਇਓ, ਸੁਣ ਕੇ ਰਾਜਾ ਰਤਨ ਰਾਏ ਬੜਾ ਖੁਸ਼ ਹੋਇਆ। ਲੈ ਸਭ ਚਲੋ ਹੁਕਮ ਕਰ ਦਇਓ, ਨਾਲ ਦੇ ਸਾਥੀਆਂ ਨੂੰ ਹੁਕਮ ਕੀਤਾ ਜਿੰਨਾ ਸਾਜੋ ਸਮਾਨ ਹੈ ਲੈ ਕੇ ਚੱਲੋ ਭਾਈ, ਕਲਗੀਆਂ ਵਾਲੇ ਪਾਤਸ਼ਾਹ ਜੀ ਦੇ ਚੱਲ ਕੇ ਦਰਸ਼ਨ ਕਰੀਏ। ਵਸਤਰ ਵਿਭੂਖਣ ਗਨ ਦੀਨਾਰ, ਬੜੇ ਸੋਹਣੇ ਵਸਤਰ ਵਿਭੂਸ਼ਣ, ਕੁਝ ਇਹਨੇ ਅਸ਼ਰਫੀਆਂ ਵੀ ਸੋਨੇ ਦੀਆਂ ਲਈਆਂ ਨੇ। ਲੈ ਕਰ ਗਮਨੇ ਭਰ ਭਰ ਥਾਰ, ਥਾਲ ਭਰ ਕੇ ਨਾ ਸਾਰੀਆਂ ਵਸਤੂਆਂ ਦੇ ਬੜੇ ਸਤਿਕਾਰ ਨਾਲ ਮਹਾਰਾਜ ਜੀ ਕੋਲ ਪਹੁੰਚੇ ਹਨ। ਅਪਰ ਵਸਤ ਸਭ ਕਰੇ ਆਗਾਰੀ, ਹੋਰ ਵੀ ਬਹੁਤ ਸਾਰੀਆਂ ਵਸਤੂਆਂ ਅੱਗੇ ਕੀਤੀਆਂ ਹਨ। ਨਗਨ ਪਗਨ ਨ੍ਰਿਪ ਚੱਲਿਓ ਪਿਛਾਰੀ, ਸਾਰੀਆਂ ਵਸਤੂਆਂ ਅੱਗੇ ਕਰਕੇ ਰਾਜੇ ਨੇ ਆਪ ਪੈਰਾਂ ਚੋਂ ਜੋੜਾ ਲਾਇਆ, ਨੰਗੇ ਪੈਰੀ ਆਪਣੇ ਡੇਰੇ ਤੋਂ ਟੁਰ ਕੇ ਗਿਆ ਹੈ। ਸਚਿਵ ਸੁਪਟ ਨਿਜ ਸਾਥ ਮਿਲਾਏ, ਨਾਲ ਇਹਦੇ ਵਜ਼ੀਰ ਇਹਦੇ ਅਹਿਲਕਾਰ ਇਹਦੇ ਸਿਪਾਹੀ ਉਹ ਵੀ ਚੱਲੇ ਹਨ। ਗਮਨੇ ਮਾਨਵ ਹੋਏ ਸਮੁਦਾਏ, ਇਹ ਸਾਰੇ ਇਕੱਠੇ ਹੋ ਕੇ ਚੱਲੇ ਹਨ। ਪੋਰ ਸਭਾ ਕੋ ਤੇ ਚੱਲ ਆਇਓ, ਚੱਲ ਕੇ ਸਤਿਗੁਰਾਂ ਦੇ ਦਰਬਾਰ ਦਾ ਜਿਹੜਾ ਮੁੱਖ ਦਰਵਾਜ਼ਾ ਸੀ ਉਥੇ ਚੱਲ ਕੇ ਆਏ ਦਰਸ਼ਨੀ ਡੋੜੀ ਕੋਲ। ਹੱਥ ਜੋਰ ਕਰ ਸੀਸ ਨਿਵਾਇਓ, ਪਹਿਲਾਂ ਦਰਸ਼ਨੀ ਡੋੜੀ ਕੋਲ ਆ ਕੇ ਨੇ ਹੱਥ ਜੋੜ ਕੇ ਪਹਿਲਾਂ ਉਥੇ ਡੋੜੀ ਦੀ ਦਹਲੀਜ਼ ਵਿਚ ਮੱਥਾ ਟੇਕਿਆ। ਇਹ ਮੇਰੇ ਬਾਜਾਂ ਵਾਲੇ ਚੋਜੀ ਪ੍ਰੀਤਮ ਦੇ ਦਰ ਦੀ ਦਹਲੀਜ਼ ਹੈ। ਅੰਤਰ ਪ੍ਰਵਿਸ਼ੇ ਸਿਰ ਕਰ ਨੀਵਾ, ਸਿਰ ਨੀਵਾ ਕਰਕੇ ਉਸ ਦਹਲੀਜ਼ ਵਿੱਚੋਂ ਡਿਉੜੀ ਦੇ ਵਿੱਚੋਂ ਇਹਨੇ ਅੰਦਰ ਪ੍ਰਵੇਸ਼ ਕੀਤਾ ਹੈ। ਵਾਹਿਗੁਰੂ ਕੈ ਭਾਵ ਅਤੀਵਾ, ਆਪਣੀ ਰਸਨਾ ਤੋਂ ਬੜੇ ਪਿਆਰ ਨਾਲ ਆਖਿਆ ਵਾਹਿਗੁਰੂ ਵਾਹਿਗੁਰੂ। ਇਹ ਰਸਨਾ ਤੋਂ ਕਹਿੰਦਾ ਰਾਜਾ ਅੰਦਰ ਜਾ ਰਿਹਾ। ਪਿੱਖੀ ਦੂਰ ਤੇ ਗੁਰ ਕੀ ਮੂਰਤ, ਪਾਤਸ਼ਾਹ ਦਾ ਸਾਹਮਣੇ ਦਰਬਾਰ ਲੱਗਾ ਹੋਇਆ, ਪਾਤਸ਼ਾਹ ਸਿੰਘਾਸਣ ਤੇ ਬੈਠੇ ਹੋਏ, ਮਹਾਰਾਜ ਜੀ ਦੀ ਸੋਹਣੀ ਜੀ ਮੂਰਤ
ਰਾਜੇ ਰਤਨ ਰਾਏ ਨੇ ਵੇਖੀ ਹੈ। ਬੈਠੇ ਮਨੋ ਚੰਦ ਕੀ ਸੂਰਤ, ਬੈਠੇ ਇੰਨਾ ਜਾਪਦੇ ਨੇ ਜਿਵੇਂ ਚਾਨੀ ਬੈਠਾ ਹੋਵੇ ਧਰਤੀ ਤੇ ਆ ਕੇ ਚਾਨੀ ਦਰਸ਼ਨ ਦੇ ਰਿਹਾ। ਕਹਿੰਦੇ ਚੰਨ ਵੀ ਇੰਨਾ ਸੁੰਦਰ ਨਹੀਂ, ਸਤਿਗੁਰੂ ਸੱਚੇ ਪਾਤਸ਼ਾਹ ਦੀ ਸੁੰਦਰਤਾ ਅੱਗੇ ਚੰਨ ਵੀ ਫਿੱਕਾ ਹੈ। ਝੂਲਤ ਕਲਗੀ ਦਮਕਤ ਮੋਤੀ, ਪਾਤਸ਼ਾਹ ਦੇ ਸੀਸ ਉੱਤੇ ਕਲਗੀ ਝੁੱਲ ਰਹੀ ਹੈ, ਉਹਦੇ ਚ ਮੋਤੀਆਂ ਦਾ ਗੁੱਛਾ ਲਟਕਦਾ ਚਮਕਦਾ ਹੈ। ਜਿਗਾ ਬੰਦੀ ਰਨ ਦੋਤੀ ਹੋਤੀ, ਜਿਗਾ ਬੰਦੀ ਹੋਈ ਸੀਸ ਦੇ ਉੱਤੇ, ਉਹਦੇ ਵਿਚ ਕੀਮਤੀ ਰੰਗ ਚਮਕ ਰਹੇ ਹਨ। ਚਮਰ ਟੁਰਤ ਐ ਬਾਰੰਗ ਬਾਰੀ, ਸਾਹਿਬ ਦੇ ਸੀਸ ਉੱਤੇ ਚਵਰ ਬਰਦਾਰ ਚਵਰ ਝੁਲਾ ਰਿਹਾ। ਥਿਰੇ ਸੁਹਾਵਤ ਸਭਾ ਮਝਾਰੀ, ਇਹਦਾ ਸਾਰੇ ਸੰਗਤ ਜਿਹੜੀ ਹੈ ਮਹਾਰਾਜ ਜੀ ਦੇ ਦਰਬਾਰ ਵਿਚ ਥਿਰ ਹੋ ਕੇ ਬੈਠੀ ਹੈ। ਜਨ ਦੇਵਨ ਮੈਂ ਬਿਸ਼ਨ ਕਿਰਪਾਲਾ, ਇਦਾਂ ਜਾਪਦਾ ਹੈ ਮਾਨੋ ਜਿਵੇਂ ਦੇਵਤਿਆਂ ਦੀ ਸਭਾ ਵਿਚ ਵਿਸ਼ਨੂੰ ਜੀ ਸੋਭਦੇ ਨੇ ਨਾ, ਉਦਾਹਰਣ ਹੈ ਇਹ। ਵੈਸੇ ਤਾਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਵਿਚ ਐਸੇ ਕਰੋੜਾਂ ਹੀ ਵਿਸ਼ਨ ਨੇ, ਪਰ ਉਦਾਹਰਣ ਵਜੋਂ ਕਹਿੰਦੇ ਏਦਾਂ ਸੋਭਦੇ ਨੇ ਸੇਵਕਾਂ ਵਿਚ ਬੈਠੇ। ਗਿਆਨ ਧਿਆਨ ਮਹਾਨ ਉਜਾਲਾ, ਧਿਆਨ ਵਿਚ ਸਤਿਗੁਰੂ ਜੀ ਮਹਾਨ ਉਜਵਲ ਦਿਦਾਰੀ ਹਨ। ਤੂਰਨ ਕਰਤ ਪਰਿਓ ਪਗ ਜਾਈ, ਬੜੀ ਛੇਤੀ ਨਾਲ ਅੰਦਰ ਪਹੁੰਚਿਆ, ਹੁਣ ਖਲੋਤਾ ਨਹੀਂ ਜਾਂਦਾ, ਕਾਹਲੀ ਨਾਲ ਗਿਆ ਮਹਾਰਾਜ ਜੀ ਦੇ ਚਰਨਾਂ ਵਿਚ। ਸਕੈ ਨਹੀਂ ਪੁਨ ਸੀਸ ਉਠਾਈ, ਜਿਵੇਂ ਡੰਡਾ ਡਿੱਗਦਾ ਨਾ ਜ਼ਮੀਨ ਤੇ, ਏਦਾਂ ਮੇਰੇ ਸਾਹਿਬ ਦੇ ਚਰਨਾਂ ਦੇ ਉੱਤੇ ਮੱਥਾ ਰੱਖ ਕੇ ਡਿੱਗ ਪਿਆ। ਉਠਾਉਂਦੇ ਨੇ, ਕਹਿੰਦੇ ਉੱਠੋ ਹੁਣ ਰਾਜਾ ਜੀ, ਇਹ ਉੱਠਦਾ ਨਹੀਂ, ਮਹਾਰਾਜ ਜੀ ਦੇ ਚਰਨਾਂ ਦੇ ਵਿਚ ਹੀ ਸੀਸ ਰੱਖਿਆ ਔਰ ਇੱਛਾ ਹੈ ਇਹਨਾਂ ਚਰਨਾਂ ਵਿਚ ਹੀ ਸਮਾ ਜਾਵਾਂ, ਇਹਨਾਂ ਚਰਨਾਂ ਵਿਚ ਹੀ ਅਭੇਦ ਹੋ ਜਾਵਾਂ। ਕਿਰਪਾ ਦ੍ਰਿਸ਼ਟ ਤੇ ਗੁਰੂ ਬਿਲੋਕਾ, ਪਾਤਸ਼ਾਹ ਵੇਖਿਆ ਰਾਜਾ ਰਤਨ ਰਾਏ ਜਿੰਨੇ ਪ੍ਰੇਮ ਨਾਲ ਨਮਸਕਾਰ ਕਰ ਰਿਹਾ ਨਾ, ਗੁਰਦੇਵ ਵੀ ਓਨੀ ਭਾਰੀ ਕਿਰਪਾ ਭਰੀ ਦ੍ਰਿਸ਼ਟੀ ਨਾਲ ਇਹਦੇ ਵੱਲ ਤੱਕਦੇ ਨੇ। ਉਠੋ ਭੂਪ ਸੁਧਰੇ ਜੁਗ ਲੋਕਾ, ਗੁਰਦੇਵ ਨੇ ਬਚਨ ਕੀਤਾ ਰਾਜਨ ਉਠੋ, ਤੁਹਾਡੇ ਦੋਵੇਂ ਜਹਾਨ ਸਫਲੇ ਹੋ ਗਏ ਹਨ। ਉਠੋ ਰਾਜਨ ਉਠੋ, ਕਿਉਂਕਿ ਜਿਹੜੇ ਉੱਠ ਜਾਂਦੇ ਨੇ ਨਾ, ਜਾਗ ਜਾਂਦੇ ਨੇ, ਉਹਨਾਂ ਦੇ ਦੋਵੇਂ ਜਹਾਨ ਸਫਲੇ ਹੋ ਜਾਂਦੇ ਆ। ਕਹਿੰਦੇ ਉਠੋ ਰਾਜਨ, ਗੱਲ ਵਿਚ ਵੀ ਗੱਲ ਸੀ, ਗੁਰੂ ਨਾਨਕ ਕੀ ਬਾਤ ਮੈਂ ਬਾਤ ਬਾਤ ਮੈਂ ਬਾਤ, ਉਠੋ ਰਾਜਨ ਉਠ ਵੰਜ ਬਟਾ ਉੜਿਆ, ਮਹਾਰਾਜ ਜੀ ਦੇ ਬਚਨ ਨੇ, ਉਠੋ ਤੁਹਾਡੇ ਦੋਵੇਂ ਜਹਾਨ ਸਫਲ ਹਨ। ਮਾਨ ਬਾਤ ਕੋ ਸੀਸੇ ਉਠਾਇਓ, ਦਿਲ ਤਾਂ ਨਹੀਂ ਸੀ ਕਰਦਾ ਕਿ ਸੀਸ ਚੁੱਕਾਂ ਗੁਰੂ ਚਰਨਾਂ ਚੋਂ, ਪਰ ਹੁਕਮ ਸੀ, ਇਸ ਕਰਕੇ ਹੁਕਮ ਮੰਨ ਕੇ ਆਪਣਾ ਸਿਰ ਚੁੱਕਿਆ। ਬੈਠੇ ਸਨਮੁਖ ਪ੍ਰੇਮ ਵਧਾਇਓ, ਭਾਰੀ ਪ੍ਰੇਮ ਵਧਾ ਕੇ ਸਤਿਗੁਰਾਂ ਦੇ ਸਨਮੁਖ ਬੈਠ ਗਿਆ ਰਾਜਾ ਰਤਨ ਰਾਏ। ਕੁਸ਼ਲ ਪ੍ਰਸ਼ਨ ਸ਼੍ਰੀ ਸਤਿਗੁਰ ਕੀਨੋ, ਗਰੀਬਨ ਬਾਜ ਪਾਤਸ਼ਾਹ ਨੇ ਕੁਸ਼ਲ ਪ੍ਰਸੰਨਤਾ ਪੁੱਛੀ, ਸਫ਼ਰ ਬਾਰੇ ਪੁੱਛਿਆ, ਕਿਵੇਂ ਸਫ਼ਰ ਰਿਹਾ,
ਕੋਈ ਸਫ਼ਰ ਚ ਦਿੱਕਤ ਤਾਂ ਨਹੀਂ ਆਈ? ਏਦਾਂ ਮਹਾਰਾਜ ਜੀ ਪੁੱਛਦੇ ਨੇ ਦਇਆ ਦੇ ਘਰ ਚ ਆ ਕੇ। ਹੱਥ ਜੋੜ ਤਿੰਨ ਸਭ ਕੈ ਦੀਨੋ, ਇਹਨੇ ਹੱਥ ਜੋੜ ਕੇ ਆਪਣਾ ਸਾਰਾ ਵੇਰਵਾ ਦੱਸਿਆ ਹੈ। ਸਭ ਮੰਤਰੀ ਕਰ ਜੋਰ ਬਖਾਨਾ, ਲਾ ਕੇ ਮੰਤਰੀ ਸੀ ਰਾਜੇ ਰਤਨ ਰਾਏ ਦਾ, ਉਹ ਬੋਲਿਆ ਹੱਥ ਜੋੜ ਕੇ। ਵੱਡੇ ਗੁਰੂ ਪਹੁੰਚੇ ਤੇ ਸਥਾਨਾ, ਆਖਿਆ ਐ ਪਾਤਸ਼ਾਹ ਤੁਸੀਂ ਜਾਣੀ ਜਾਣੋ ਆਪ ਜੀ ਦੇ ਪਿਤਾ ਵੱਡੇ ਸਤਿਗੁਰੂ ਜੀ ਅਸਾਮ ਆਏ ਸਨ। ਰਾਜਾ ਰਾਮ ਮਿਲਿਓ ਮਈ ਪਾਲਾ, ਇਹਨਾਂ ਦਾ ਪਿਤਾ ਸੀ ਰਾਜਾ ਰਾਮ ਰਾਏ, ਉਹ ਉਹਨਾਂ ਨੂੰ ਮਿਲਿਆ ਸੀ। ਕੀਨ ਬੇਨਤੀ ਇਮਤੇ ਸਕਾਲਾ, ਉਹਨੇ ਬੇਨਤੀ ਕੀਤੀ ਸੀ ਨੌਵੇਂ ਪਾਤਸ਼ਾਹ ਨੂੰ, ਯਤਨ ਕਰੇ ਉਪਜਿਓ ਨੇ ਬਾਲਕ, ਉਹਦੇ ਯਤਨ ਕੀਤਿਆਂ ਵੀ ਉਹਦੇ ਘਰ ਪੁੱਤਰ ਪੈਦਾ ਨਹੀਂ ਸੀ ਹੁੰਦਾ। ਬਖਸ਼ੋ ਆਪ ਰਾਜ ਕੋ ਮਾਲਿਕ, ਬੇਨਤੀ ਕੀਤੀ ਸੀ ਨੌਵੇਂ ਪਾਤਸ਼ਾਹ ਮੈਨੂੰ ਰਾਜ ਦਾ ਮਾਲਕ ਬਖਸ਼ੋ, ਰਾਜ ਦਾ ਵਾਰਸ ਬਖਸ਼ੋ। ਕਿਰਪਾ ਕਰੀ ਗੁਰ ਮੋਹਰ ਲਗਾਈ, ਸਤਿਗੁਰਾਂ ਨੇ ਕਿਰਪਾ ਕਰਕੇ ਮੋਹਰ ਲਾਈ ਸੀ ਰਾਜੇ ਰਾਮ ਰਾਏ ਦੇ ਪੱਟ ਉੱਤੇ। ਦਿਓ ਪੁੱਤਰ ਇਹ ਬਜੀ ਬਧਾਈ, ਆ ਪੁੱਤਰ ਪੈਦਾ ਹੋਇਆ ਉਹਨਾਂ ਦੇ ਬਚਨਾਂ ਨਾਲ ਜੋ ਰਾਜਾ ਰਤਨ ਰਾਏ ਇਸ ਵੇਲੇ ਆਪ ਜੀ ਦੇ ਚਰਨਾਂ ਵਿਚ ਆਇਆ ਤੇ ਵਧਾਈਆਂ ਵੱਜੀਆਂ। ਤਿਸ ਤੇ ਚਿੰਨਤ ਸਿਰ ਇਸ ਕੇਰਾ, ਜੋ ਚਿੰਨ ਹਾਲੇ ਵੀ ਇਹਦੇ ਮੱਥੇ ਦੇ ਉੱਤੇ ਆ ਜਿਹੜਾ ਨੌਵੇਂ ਪਾਤਸ਼ਾਹ ਨੇ ਲਾਇਆ ਸੀ। ਦਰਪਣ ਮੈਂ ਦੇਖਿਓ ਜਿਸ ਬੇਰਾ, ਜਦੋਂ ਇਹਨੇ ਦਰਪਣ ਵਿਚ ਸ਼ੀਸ਼ੇ ਚ ਆਪਣਾ ਉਹ ਚਿੰਨ ਵੇਖਿਆ। ਸਭ ਪ੍ਰਸੰਗ ਜਨਨੀ ਤੇ ਸੁਣਿਓ, ਸਾਰਾ ਪ੍ਰਸੰਗ ਆਪਣੀ ਮਾਤਾ ਕੋਲੋਂ ਸੁਣਿਆ। ਆਨੰਦ ਉਪਾਏ ਆਵਨੋ ਪੰਨਿਓ, ਭਾਰੀ ਆਨੰਦ ਪਤੁਪਨ ਕਰਕੇ ਇਹਨੇ ਤੁਹਾਡੇ ਕੋਲ ਆਉਣ ਦੀ ਇੱਛਾ ਕੀਤੀ ਤੇ ਆਇਆ ਹੈ। ਉਹਨੇ ਉਪਾਇਨ ਕੀਨ ਜਨਾਵਨ, ਉਹਨੇ ਪਿਟਾਵਾਂ ਦੱਸੀਆਂ ਜੋ ਲੈ ਕੇ ਆਏ ਨੇ। ਪ੍ਰਥਕ ਪ੍ਰਥਕ ਸਭ ਕਰਿਓ ਬਤਾਵਨ, ਵੱਖਰੀਆਂ ਵੱਖਰੀਆਂ ਪਿਟਾਵਾਂ ਦੱਸੀਆਂ ਜੋ ਜੋ ਲਿਆਏ ਹਨ। ਪ੍ਰਥਮ ਮਤੰਗ ਅਜਬ ਦਿਖਰਾਯੋ, ਪਹਿਲਾਂ ਮਹਾਰਾਜ ਜੀ ਨੂੰ ਹਾਥੀ ਵਿਖਾਇਆ, ਬੜਾ ਅਸਚਰਜ ਹਾਥੀ, ਉਹਦੇ ਗੁਣ ਦੱਸੇ। ਸਮ ਦੁਤੀ ਨ ਜਗ ਮੈਂ ਜਾਇਓ, ਐਸਾ ਸੁੰਦਰ ਹਾਥੀ ਮਾਨੋ ਦੇ ਸਮਾਨ ਜਗਤ ਵਿਚ ਕੋਈ ਦੂਜਾ ਹਾਥੀ ਨਹੀਂ। ਪੰਚ ਤੁਰੰਗ ਅਗਾਰੀ ਕਰੇ, ਪੰਜ ਘੋੜੇ ਲੈ ਲੈ ਕਰਦੇ ਉਹਨਾਂ ਦੇ ਸਰੀਰ ਦੇ ਉੱਤੇ, ਕਹਿੰਦੇ ਮੱਖੀ ਵੀ ਤਿਲਕ ਜੇ ਬੈਠੇ ਇਹੋ ਜੇ ਸੋਹਣੇ, ਕਹਿੰਦੇ ਲੱਛ ਲੱਛ ਕਰਦੇ ਉਹਨਾਂ ਦੇ ਸਰੀਰ ਤੇ ਉਹਨਾਂ ਦੇ ਕਾਠੀਆਂ ਪਾਈਆਂ ਹੋਈਆਂ, ਸੋਹਣੇ ਘੋੜੇ ਭੇਟ ਕੀਤੇ। ਕੰਚਨ ਜੀਨ ਜਿਨੋ ਪਰ ਪਰੇ, ਸੋਨੇ ਦੀਆਂ ਕਾਠੀਆਂ ਪਾ ਕੇ ਸ਼ਿੰਗਾਰੇ ਹੋਏ ਨੇ ਪੰਜੇ ਘੋੜੇ। ਸ਼ਸਤਰ ਵਿਭੂਕਨ ਬਸਤਰ ਕਨੇਰੇ, ਸੋਹਣੇ ਸ਼ਸਤਰ ਗਹਿਣੇ ਬਸਤਰ। ਸ਼ਸਤਰ ਤਰੇ ਸਤ ਗੁਰੂ ਅਗੇਰੇ, ਸ਼ਸਤਰ ਮਹਾਰਾਜ ਜੀ ਦੇ ਅੱਗੇ ਰੱਖੇ ਨੇ। ਦੇਖਤ ਖੁਸ਼ੀ ਵਿਸਾਲ ਦਈ ਐ, ਸ਼ਸਤਰ ਵੇਖੇ ਤੇ ਸ਼ਸਤਰ ਵੇਖ ਕੇ ਮਹਾਰਾਜ ਬੜੇ ਖੁਸ਼ ਹੋਏ, ਬੜੀ ਖੁਸ਼ੀ ਕੀਤੀ ਗਰੀਬ ਨਵਾਜ ਜੀ ਨੇ। ਸੁਖ ਪ੍ਰਾਪਤ ਅਰਦਾਸ ਪਈ ਹੈ, ਮੇਵੜੇ ਨੇ ਅਰਦਾਸ ਕੀਤੀ, ਕੱਲਾ ਕੱਲਾ ਸਮਾਨ ਰੱਖ ਕੇ ਮਹਾਰਾਜ ਆ ਵਸਤੂ ਵੀ ਭੇਟਾ, ਕਿਉਂਕਿ ਮੇਵੜਾ ਅਰਦਾਸ ਕਰਦਾ, ਮਹਾਰਾਜ ਆ ਬਸਤਰ ਭੇਟਾ ਹੋਏ ਨੇ ਆਪ ਜੀ ਦੇ ਚਰਨਾਂ ਚ, ਆ ਘੋੜੇ ਭੇਟ ਹੋਏ ਨੇ ਤੇ ਮਹਾਰਾਜ ਜੀ ਇਹਨਾਂ ਤੇ ਖੁਸ਼ੀਆਂ ਕਰੋ, ਇਹਨਾਂ ਤੇ ਰਹਿਮਤਾਂ ਕਰੋ, ਏਦਾਂ ਅਰਦਾਸੀਆ ਅਰਦਾਸ ਕਰਦਾ ਹੈ। ਪਇਓ ਨਿਹਾਲ ਖੁਸ਼ੀ ਕੋ ਲਏ, ਬੜੇ ਨਿਹਾਲ ਹੋਏ ਮਹਾਰਾਜ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰਕੇ। ਦਰਸ਼ਨ ਦੇਖ ਆਨੰਦ ਤਰੇ, ਦਰਸ਼ਨ ਕਰਦਿਆਂ ਮਹਾਰਾਜ ਜੀ ਦੇ ਆਨੰਦ ਹੀ ਆਨੰਦ ਬਣਿਆ ਹੋਇਆ, ਉਹ ਆਨੰਦ ਵਰਣਨ ਚ ਨਹੀਂ ਆ ਸਕਦਾ। ਜਿਹੜਾ ਆਨੰਦ ਰਾਜੇ ਰਤਨ ਰਾਏ ਦੇ ਹਿਰਦੇ ਚ ਵਰਤ ਰਿਹਾ,
ਉਹ ਆਨੰਦ ਕਿਹਾ ਨਹੀਂ ਜਾ ਸਕਦਾ ਉਸ ਵੇਲੇ ਜਿਹੜੇ ਮਹਾਰਾਜ ਜੀ ਦੇ ਦਰਸ਼ਨਾਂ ਚ ਉਹਨੂੰ ਪ੍ਰਾਪਤ ਹੋ ਰਿਹਾ। ਬੋ ਅਸਾਮ ਦੇਸ਼ਨ ਕੀ ਗਾਥਾ, ਗਾਥਾਵਾਂ ਚੱਲੀਆਂ ਕਿ ਅਸਾਮ ਦੇਸ਼ ਬਾਰੇ ਗੁਰੂ ਸਾਹਿਬ ਜੀ ਪੁੱਛਦੇ ਆ ਕਿਹੋ ਜਿਹਾ ਦੇਸ਼ ਹੈ ਤੁਹਾਡਾ, ਕਿਹੜੀ ਵਸਤੂ ਹੁੰਦੀ ਆ ਉੱਥੇ, ਕਿਹੜੀ ਫਸਲ ਹੁੰਦੀ ਹੈ, ਕਿੱਦਾਂ ਦੇ ਲੋਕ ਨੇ, ਉਹਨਾਂ ਦਾ ਰਹਿਣ ਸਹਿਣ ਕਿੱਦਾਂ ਦਾ, ਸੂਰਮੇ ਨੇ ਜਾਂ ਕਾਇਰ ਲੋਕ ਰਹਿੰਦੇ ਨੇ, ਤੇ ਵਿਦਵਾਨ ਵੀ ਹੈ ਉੱਥੇ ਮਹਾਰਾਜ ਸੱਚੀ ਜਾਣੀ ਜਾਣ ਜਾਣਦੇ ਤਾਂ ਸਭ ਕੁਝ ਨੇ, ਪਰ ਰਾਜਾ ਰਾਜੇ ਨਾਲ ਉਸ ਹਿਸਾਬ ਨਾਲ ਗੱਲ ਕਰ ਰਹੇ ਨੇ। ਤੂੰ ਇਸ ਤਰ੍ਹਾਂ ਪਾਤਸ਼ਾਹ ਬਚਨ ਬਿਲਾਸ ਕਰਦੇ ਨੇ, ਪੁੱਛਦੇ ਨੇ ਬੂਜਤ ਰਤਨ ਰਾਏ ਕੇ ਸਾਥਾ, ਰਾਜੇ ਰਤਨ ਰਾਏ ਨੂੰ ਮਹਾਰਾਜ ਜੀ ਪੁੱਛਦੇ ਹਨ, ਸਚਵਨ ਸਹਿਤ ਬਖਾਨੇ ਤੈਸੇ, ਮਹਾਰਾਜ ਜੀ ਨੂੰ ਦੱਸਦੇ ਨੇ ਜਿਵੇਂ ਸਹਿਬ ਪੁੱਛਦੇ ਨੇ, ਕੁਝ ਗੱਲਾਂ ਦਾ ਜਵਾਬ ਵਜ਼ੀਰ ਦਿੰਦੇ ਨੇ, ਕੁਝ ਸਵਾਲਾਂ ਦਾ ਗੱਲਾਂ ਦਾ ਜਵਾਬ ਰਾਜਾ ਰਤਨ ਰਾਏ ਦਿੰਦਾ ਹੈ। ਕਲਗੀ ਧਰ ਕੋ ਰੁੱਖ ਹੋਏ ਜੈਸੇ, ਜਿਵੇਂ ਮਹਾਰਾਜ ਜੀ ਦਾ ਰੁੱਖ ਹੁੰਦਾ ਹੈ, ਦੇਸ਼ ਅਰ ਆਪਣੋ ਸਰਬ ਬਿਰਤੰਤ, ਉਹ ਫਿਰ ਆਪਣੇ ਬਾਰੇ, ਆਪਣੇ ਰਾਜ ਭਾਗ ਬਾਰੇ, ਆਪਣੇ ਕਿਲਿਆਂ ਬਾਰੇ, ਸ਼ਸਤਰਾਸਤਰਾਂ ਦੇ ਬਾਰੇ ਉਦਾਂ ਹੀ ਮਹਾਰਾਜ ਜੀ ਨੂੰ ਦੱਸਦੇ ਨੇ। ਕਰਿਓ ਸੁਨਾਵਨ ਗੁਰ ਭਗਵੰਤ, ਭਗਵੰਤ ਜੀ ਨੂੰ ਦੱਸਦੇ ਹਨ, ਖਟ ਖਟਕਾ ਲੱਗ ਬੈਠੇ ਰਹੇ, ਗੱਲਬਾਤ ਇੰਨੀ ਲੰਮੀ ਚੱਲੀ ਵੀ 6 ਘੜੀਆਂ ਬੈਠੇ ਗੱਲਾਂ ਹੀ ਹੁੰਦੀਆਂ ਰਹੀਆਂ, 6 ਘੜੀਆਂ ਤੱਕ ਕਹਿੰਦੇ ਸਮਾਂ ਬੀਤ ਗਿਆ। ਰਤਨ ਰਾਏ ਅਰ ਗੁਰ ਮੁੱਦ ਲਏ, ਸਤਿਗੁਰੂ ਜੀ ਔਰ ਰਾਜਾ ਰਤਨ ਰਾਏ ਦੋਵੇਂ ਬੜੀ ਖੁਸ਼ੀ ਦੇ ਨਾਲ ਬੈਠੇ ਗੱਲਾਂ ਕਰਦੇ ਵਿਚਾਰਾਂ ਕਰਦੇ ਨੇ। ਗੱਜ ਕੇ ਗੁਣ ਵਰਨਨ ਬੋ ਕਰੇ, ਉਹਨੇ ਹਾਥੀ ਬਾਰੇ ਵੀ ਦੱਸਿਆ, ਮਹਾਰਾਜ ਜੀ ਨੂੰ ਹਾਥੀ ਦੀਆਂ ਜਿਹੜੀਆਂ ਖੂਬੀਆਂ ਨੇ ਉਹ ਦੱਸੀਆਂ। ਸੀਚਤ ਬਡੋ ਕੈਨ ਅਨੁਸਰੇ, ਦੱਸਦਾ ਮਹਾਰਾਜ ਬੜਾ ਸਿੱਖਿਆ ਹੋਇਆ ਹਾਥੀ ਹੈ, ਆਖਣ ਦੇ ਅਨੁਸਾਰ ਕੰਮ ਕਰਦਾ ਹੈ। ਜਿਮ ਚਾਹੋ ਪ੍ਰਭ ਜੀ ਕਰਵਾਵੋ, ਮਹਾਰਾਜ ਬਾਕੀ ਤਾਂ ਤੁਸੀਂ ਸਾਰੇ ਜੀਆਂ ਕੋਲੋਂ ਜੋ ਕਰਾਉਂਦੇ ਉਹ ਕਰਦੇ ਨੇ, ਪਰ ਇਹ ਹਾਥੀ ਦੀ ਖਾਸੀਅਤ ਹੈ, ਇਹਦੇ ਕੋਲੋਂ ਤੁਸੀਂ ਜੋ ਕਹੋਗੇ ਕਰਾਓਗੇ ਕਰੇਗਾ। ਨਿਤ ਦੇਖੋ ਪਰਖੋ ਹਰ ਖਾਵੋ, ਮਹਾਰਾਜ ਨਿਤ ਵੇਖੋ ਪਰਖੋ ਤੇ ਆਨੰਦ ਮਾਣੋ ਤੇ ਮੇਰੇ ਤੇ ਕਿਰਪਾ ਕਰੋ। ਪੰਚ ਕਲਾ ਇਹ ਸ਼ਸਤਰ ਵਿਸਾਲਾ, ਫਿਰ ਪੰਚ ਕਲਾ ਸ਼ਸਤਰ ਮਹਾਰਾਜ ਜੀ ਨੂੰ ਦੱਸਿਆ। ਕਰੇ ਕਾਜ ਬਹੁਤੇ ਰਣ ਕਾਲਾ, ਮਹਾਰਾਜ ਜੰਗ ਦੇ ਮੈਦਾਨ ਚ ਬਹੁਤੇ ਕੰਮ ਕਰਨ ਵਾਲਾ ਇੱਕੋ ਸ਼ਸਤਰ। ਬਰਛੀ ਜਮ ਤਰ ਖੜਗ ਤਮਾਂਚਾ, ਮਹਾਰਾਜ ਇਹਦੀ ਬਰਛੀ ਵੀ ਬਣ ਜਾਂਦੀ ਹੈ, ਇਹਦੀ ਕਟਾਰ ਵੀ ਬਣ ਜਾਂਦੀ ਹੈ, ਇਹਦੀ ਤਲਵਾਰ ਵੀ ਬਣ ਜਾਂਦੀ ਹੈ, ਇਹਦਾ ਮਹਾਰਾਜ ਜੀ ਛੋਟਾ ਜਿਹੜਾ ਤਮੰਚਾ ਹੁੰਦਾ ਪਿਸਟਲ ਵਗੈਰਾ ਉਹ ਵੀ ਬਣ ਜਾਂਦਾ ਹੈ। ਚਾਹੋ ਸਕਰੋ ਰੋਸ ਰਣ ਰਾਚਾ, ਜੰਗ ਦੇ ਮੈਦਾਨ ਚ ਜਿਹੜੇ ਸ਼ਸਤਰ ਦੀ ਲੋੜ ਪਵੇ ਉਹਦਾ ਹੀ ਇਹ ਰੂਪ ਬਣ ਜਾਂਦਾ ਹੈ। ਦੁਸ਼ਮਨ ਹਤੋ ਦਾਵ ਜਸ ਹੋਵੇ, ਇਸ ਤਰ੍ਹਾਂ ਦਾ ਦਾਅ ਹੋਵੇ ਜਿਹੜਾ ਸ਼ਸਤਰ ਚਲਾਉਣ ਦਾ, ਤੁਸੀਂ ਉਸੇ ਤਰ੍ਹਾਂ ਇਹਨੂੰ ਵਰਤ ਕੇ ਦੁਸ਼ਮਣ ਨੂੰ ਮਾਰ ਸਕਦੇ ਹੋ। ਇਸ ਤੇ ਬਚ ਕੇ ਜਾਏ ਨ ਕੋਏ, ਮਹਾਰਾਜ ਇਹ ਸ਼ਸਤਰ ਇੰਨੇ ਕਮਾਲ ਦਾ ਹੈ ਵੀ ਜੇ ਤੁਹਾਡੇ ਹੱਥ ਚ ਹੋਵੇ ਨਾ ਤੇ ਕੋਈ ਬਚ ਕੇ ਨਹੀਂ ਜਾ ਸਕਦਾ। ਇਹ ਚੌਂਕੀ ਪ੍ਰਭ ਅਜਬ ਵਿਸਾਲੀ, ਹਾਲੇ ਉਹ ਖੋਲ੍ਹ ਕੇ ਵਿਖਾਇਆ ਨੀ, ਉਹਨੇ ਸਾਰਾ ਕੁਝ ਦੱਸ ਰਿਹਾ। ਫਿਰ ਕਹਿੰਦਾ ਮਹਾਰਾਜ ਇੱਕ ਚੌਂਕੀ ਹੈ ਆਪ ਜੀ ਦੇ ਚਰਨਾਂ ਚ ਮੈਂ ਲੈ ਕੇ ਆਇਆ ਹਾਂ। ਸਭ ਕੀ ਸੈਲ ਕੀ ਜੀਏ ਕਾਲੀ, ਮਹਾਰਾਜ ਕੱਲ ਨੂੰ ਇਹ ਸਾਰੀਆਂ ਚੀਜ਼ਾਂ ਦੀ ਨਾ ਤੁਸੀਂ ਸੈਲ ਕਰ ਲਿਓ, ਵੇਖ ਲਿਓ ਵੀ ਕਿਹੜੀ ਚੀਜ਼ ਕਿਵੇਂ, ਉਹਦੇ ਚ ਕਿਹੜੀ ਖੂਬੀ ਹੈ, ਗੁਣ ਔਗਣ ਜਿਹੜੇ ਨੇ ਹਾਥੀ ਦੇ ਵੀ ਘੋੜਿਆਂ ਦੇ ਵੀ,
ਉਹ ਦੱਸਣੇ ਫਰਜ਼ ਬਣਦਾ ਹੈ। ਇਸ ਕਰਕੇ ਨਹੀਂ ਕਹਿ ਰਿਹਾ ਵੀ ਮੈਂ ਲਿਆਂਦੇ ਨੇ, ਕਿਉਂਕਿ ਘੋੜੇ ਲਿਆਂਦੇ ਨੇ, ਹਾਥੀ ਲਿਆਂਦਾ, ਉਹਦੇ ਗੁਣ ਕੀ ਨੇ, ਉਹਦੇ ਔਗਣ ਕੀ ਨੇ, ਕਿਹੜੀ ਚੀਜ਼ ਇਹਨਾਂ ਨੂੰ ਫਿੱਟ ਬਹਿੰਦੀ ਹੈ, ਕਿਹੜੀ ਨਹੀਂ ਬਹਿੰਦੀ, ਉਸ ਹਿਸਾਬ ਨਾਲ ਹੈ। ਵੈਸੇ ਤਾਂ ਜਾਣੀ ਜਾਣਦੇ ਸਾਹਿਬ, ਪਰ ਉਹਨੇ ਫਰਜ਼ ਸਮਝਿਆ ਆਪਣਾ ਦੱਸਣਾ। ਕਹਿੰਦਾ ਮਹਾਰਾਜ ਕੱਲ ਨੂੰ ਆਪ ਜੀ ਨਾਲ ਸਾਰੀਆਂ ਚੀਜ਼ਾਂ ਦੀ ਸੈਲ ਕਰਿਓ, ਧਿਆਨ ਨਾਲ ਗਹੁ ਨਾਲ ਵੇਖ ਲਿਓ। ਵੱਡੇ ਯਤਨ ਤੇ ਵਸਤ ਮੰਗਾਈ, ਮਹਾਰਾਜ ਤੁਹਾਡੀ ਕਿਰਪਾ ਨਾਲ, ਤੁਹਾਡੀ ਦਇਆ ਨਾਲ, ਬੜੇ ਯਤਨ ਨਾਲ ਇਹ ਸਾਰੀਆਂ ਵਸਤੂਆਂ ਮੈਂ ਇਕੱਠੀਆਂ ਕੀਤੀਆਂ ਨੇ। ਮੁਖ ਮੰਗਿਓ ਦੀ ਮੋਲ ਪਠਾਈ, ਤੁਹਾਡੇ ਦਿੱਤੇ ਧਨ ਚੋਂ ਜਿੰਨਾ ਕਿਸੇ ਨੇ ਮੰਗਿਆ ਮਹਾਰਾਜ, ਇਹਨਾਂ ਵਸਤੂਆਂ ਦਾ ਓਨਾ ਧਨ ਦੇ ਕੇ ਖਰੀਦ ਕੇ ਲਿਆਂਦੀਆਂ ਨੇ। ਧਨ ਵੀ ਤੁਹਾਡਾ, ਵਸਤੂਆਂ ਵੀ ਤੁਹਾਡੀਆਂ ਹਨ। ਦੂਰ ਦੂਰ ਤੇ ਸੁਣ ਸੁਣ ਆਚੀ, ਮਹਾਰਾਜ ਜਿੱਥੇ ਜਿੱਥੇ ਮੈਂ ਸੁਣਿਆ ਵੀ ਕਿਤੇ ਦੂਰ ਕੋਈ ਵਸਤੂ ਮੈਨੂੰ ਚੰਗੀ ਮਿਲੀ ਤੇ ਮੈਂ ਸੁਣ ਕੇ ਵੀ ਸਤਿਗੁਰਾਂ ਨੂੰ ਚੰਗੀ ਲੱਗੇਗੀ, ਪਾਤਸ਼ਾਹ ਕੇ ਆਪ ਜੀ ਨੂੰ ਭਾਵੇ ਕਿ ਨਾ ਭਾਵੇ, ਪਰ ਜੋ ਮੇਰੇ ਮਨ ਚ ਇੱਛਾ ਸੀ ਉਹਦੇ ਮੁਤਾਬਕ ਮੈਂ ਲੈ ਕੇ ਆਇਆ ਹਾਂ। ਹੇਤ ਆਪ ਕੇ ਅਰਪਣ ਬਾਛੀ, ਆਪ ਜੀ ਦੇ ਚਰਨਾਂ ਚ ਅਰਪਣ ਲਈ ਮੈਂ ਇਹ ਲਿਆਇਆ ਹਾਂ। ਸਦਾ ਦਾਸ ਮੈਂ ਸਤਿਗੁਰ ਘਰ ਕੋ, ਪਾਤਸ਼ਾਹ ਮੈਂ ਸਦਾ ਆਪ ਜੀ ਦੇ ਘਰ ਦਾ ਦਾਸ ਹਾਂ, ਤੁਹਾਡੇ ਦਰ ਦਾ ਮੁੱਲ ਖਰੀਦਿਆ ਲਾਲਾ ਗੋਲਾ ਹਾਂ ਮਹਾਰਾਜ ਜੀ। ਸਿੱਖੀ ਬਖਸ਼ੋ ਦੇ ਕਰ ਬਰ ਕੋ, ਮਹਾਰਾਜ ਮੈਨੂੰ ਆਪਣੀ ਸਿੱਖੀ ਬਖਸ਼ ਦਿਓ, ਮੈਨੂੰ ਸਿੱਖੀ ਦਾ ਜੋ ਸਭ ਤੋਂ ਸ੍ਰੇਸ਼ਟ ਹੈ, ਸਿੱਖੀ ਤੋਂ ਉੱਤਮ ਕੁਝ ਵੀ ਨਹੀਂ ਗੁਰੂ ਖਾਲਸਾ ਜੀ। ਮਹਾਰਾਜ ਕਿਰਪਾ ਕਰੋ, ਮੈਨੂੰ ਆਪਣੀ ਸਿੱਖੀ ਬਖਸ਼ ਦਿਓ। ਸੁਨਤ ਮਹਾਤਮ ਉਪਜੀਓ ਪ੍ਰੇਮ, ਆਪ ਜੀ ਦਾ ਮਹਾਤਮ ਸੁਣ ਕੇ ਮੇਰੇ ਮਨ ਚ ਆਪ ਜੀ ਪ੍ਰਤੀ ਪ੍ਰੇਮ ਜਾਗਿਆ ਹੈ। ਸ੍ਰੀ ਗੁਰਦਾਤਾ ਦੇ ਗੁਰ ਛੇਮ, ਤੁਸੀਂ ਗੁਰਦਾਤੇ ਹੋ, ਸਾਨੂੰ ਮੁਕਤੀ ਪ੍ਰਦਾਨ ਕਰਨ ਵਾਲੇ ਮੁਕਤ ਦਾਤੇ ਹੋ। ਆਪਣੋ ਜਾਨ ਪੂਜਾ ਪਕਰੀ ਜੈ, ਮਹਾਰਾਜ ਮੈਨੂੰ ਆਪਣਾ ਜਾਣ ਕੇ ਮੇਰੀ ਬਾਂਹ ਫੜ ਲੋ। ਮਹਾਰਾਜ ਮੈਂ ਡੁੱਬਦਾ ਜਾ ਰਿਹਾ ਇਸ ਭਾਵ ਸਾਗਰ ਤੇ, ਕਿਰਪਾ ਕਰੋ, ਦਇਆ ਕਰੋ ਗਰੀਬ ਨਿਵਾਜ ਸੱਚੇ ਪਾਤਸ਼ਾਹ, ਸਾਡੀ ਬਾਂਹ ਫੜ ਕੇ ਇਹ ਸੰਸਾਰ ਸਮੁੰਦਰ ਵਿਚ ਡੁੱਬਦਿਆਂ ਨੂੰ ਇਸ ਖੂਹ ਦੇ ਵਿੱਚੋਂ ਸਾਨੂੰ ਕੱਢ ਲਓ। ਚਰਨ ਕਮਲ ਕੀ ਪੌਲ ਦੀ ਜੈ, ਮਹਾਰਾਜ ਮੈਨੂੰ ਆਪਣੇ ਚਰਨਾਂ ਦੀ ਪੌਲ ਬਖਸ਼ ਦਿਓ, ਆਪਣੇ ਚਰਨ ਕਮਲਾਂ ਦੀ, ਕਿਉਂਕਿ ਖੰਡੇ ਦੀ ਪੌਲ ਦੀ ਮਰਿਆਦਾ ਨਹੀਂ ਸੀ ਚੱਲੀ ਹਲੇ। ਇਹ ਬੇਨਤੀ ਕਰਦਾ ਮਹਾਰਾਜ ਮੈਨੂੰ ਆਪਣੇ ਚਰਨਾਂ ਦੀ ਪੌਲ ਬਖਸ਼ ਦਿਓ। ਬੇਨਤੀ ਸੁਨਤ ਪ੍ਰਸੰਨ ਪ੍ਰਭ ਪੂਰੇ, ਇਹਦੀ ਬੇਨਤੀ ਸੁਣ ਕੇ ਪਾਤਸ਼ਾਹ ਬੜੇ ਪ੍ਰਸੰਨ ਹੋਏ। ਆਨੀ ਲਕੀ ਉਪਾਇਨ ਰੂਰੇ, ਵੇਖਿਆ ਪ੍ਰੇਮ ਪ੍ਰਗਟ ਹੋ ਰਿਹਾ ਹੈ, ਭਾਵਨਾ ਇਹਦੀ ਪ੍ਰਗਟ ਹੁੰਦੀ ਵੇਖੀ ਹੈ। ਪ੍ਰੇਮੀ ਹੇਰ ਖੁਸ਼ੀ ਬਹੁ ਕਰੀ, ਸਤਿਗੁਰੂ ਜੀ ਪ੍ਰੇਮ ਹੀ ਵੇਖਦੇ ਨੇ ਇਹਨੂੰ ਪ੍ਰੇਮੀ, ਕਿਉਂਕਿ ਐਡੀ ਦੂਰੋਂ ਜਿਹੜਾ ਚੱਲ ਕੇ ਆਇਆ ਲੰਮਾ ਪਿੰਡਾ ਤਹਿ ਕਰਕੇ, ਫਿਰ ਇੰਨੀਆਂ ਕੀਮਤੀ ਵਸਤੂਆਂ ਲਿਆਇਆ, ਪ੍ਰੇਮ ਹੀ ਸੀ ਨਾ ਇਹਦੇ ਅੰਦਰ ਦਾ। ਪ੍ਰੇਮ ਵੇਖ ਕੇ ਮਹਾਰਾਜ ਜੀ ਹੁਣ ਪ੍ਰੇਮ ਵੇਖ ਕੇ ਰੀਝਦੇ ਨੇ, ਪ੍ਰੇਮ ਵੇਖ ਕੇ ਪ੍ਰਸੰਨ ਹੁੰਦੇ ਨੇ। ਸਾਚ ਕਹੋ ਸੁਣ ਲਿਹੋ ਸਭ ਹੈ, ਜਿਨ ਪ੍ਰੇਮ ਕੀ ਉਤੇ ਨਹੀਂ ਪ੍ਰਭ ਪਾਇ। ਹਾਂਜੀ, ਜਨਮ ਮਰਨ ਕੀ ਅਪਦਾ ਹਰੀ, ਪਾਤਸ਼ਾਹ ਨੇ ਇਹਦੇ ਜਨਮ ਤੇ ਮਰਨ ਦੀ ਅਪਦਾ ਹਰ ਲਈ।
ਇਹਦੇ ਜਨਮ ਮਰਨ ਦਾ ਦੁੱਖ ਨਿਵਾਰ ਦਿੱਤਾ। ਬੰਧਨ ਕਰ ਰਾਜਾ ਤਬ ਗਏ ਸਾਹਿਬ ਜੀ ਨੂੰ ਮੱਥਾ ਟੇਕ ਕੇ ਰਾਜਾ ਵਿਦਾ ਹੋਇਆ। ਪਿਖ ਸੁਸ਼ੀਲ ਗੁਰ ਕੋ ਹਰ ਖਇਓ ਕਾਫੀ ਸਮਾਂ ਹੋ ਚੁੱਕਾ ਸੀ। ਇਹ ਸਾਹਿਬ ਦਾ ਸੁਸ਼ੀਲ ਸੁਭਾਅ ਵੇਖ ਕੇ ਬੜਾ ਹੀ ਖੁਸ਼ ਹੋਇਆ। ਹਯਾ ਗਏ ਸੌਂਪੇ ਦਾਸਨ ਪਾਸ ਮਹਾਰਾਜ ਜੀ ਦੀਆਂ ਵਸਤੂਆਂ ਪਾਤਸ਼ਾਹ ਦੇ ਚਰਨਾਂ ਚ ਅਰਪਣ ਕਰਕੇ ਖੈਬੇ ਦਿਓ ਨਿਹਾਰੀ ਕਾਸ ਸੇਵਾਦਾਰਾਂ ਨੇ ਸਾਂਭ ਲਈਆਂ ਸਾਰੀਆਂ ਵਸਤੂਆਂ ਘੋੜਿਆਂ ਨੂੰ ਹਾਥੀ ਨੂੰ ਕਾ ਪੱਠਾ ਜੋ ਨਿਹਾਰੀਆਂ ਦੇਣੀਆਂ ਸਨ ਦਿੱਤੀਆਂ ਨੇ। ਔਰ ਰਾਜਾ ਗੁਰਦੇਵ ਦੀ ਉਪਮਾ ਕਰਦੇ ਜਿੱਥੇ ਇਹਦਾ ਡੇਰਾ ਸੀ ਪੜਾ ਸੀ ਉੱਥੇ ਵਾਪਸ ਗਿਆ। ਰਾਤ ਪੈ ਚੁੱਕੀ ਹੈ। ਮਹਾਰਾਜ ਜੀ ਦੇ ਦਰਸ਼ਨ ਕਰਕੇ ਬੜਾ ਹੀ ਖੁਸ਼ ਹੈ ਪ੍ਰਸੰਨ ਹੈ ਔਰ ਆਪਣੀ ਰਸਨਾ ਤੋਂ ਕਹਿ ਰਿਹਾ ਪੂਲੇ ਮਾਰਗ ਜਿਨ੍ਹਾਂ ਬਤਾਇਆ ਪੂਲੇ ਮਾਰਗ ਜਿਨ੍ਹਾਂ ਬਤਾਇਆ ਪੂਲੇ ਮਾਰਗ ਜਿਨ੍ਹੇ ਬਤਾਇਆ ਪੂਲੇ ਮਾਰਗ ਜਿਨ੍ਹੇ ਬਤਾਇਆ ਪੂਲੇ ਮਾਰਗ ਜਿਨ੍ਹਾਂ ਬਤਾਇਆ ਪੂਲੇ ਮਾਰਗ ਜਿਨ੍ਹੇ ਬਤਾਇਆ ਪੂਲੇ ਮਾਰਗ ਜਿਨ੍ਹੇ ਬਤਾਇਆ ਪੂਲੇ ਮਾਰਗ ਜਿਨ੍ਹੇ ਬਤਾਇਆ ਐਸਾ ਗੁਰ ਵੱਡ ਭਾਗੀ ਪਾਇਆ 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 ਵਾਹਿਗੁਰੂ 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 ਅਚੁੱਤ ਹੈ ਪਾਰ ਬ੍ਰਹਮ ਅਬਨਾਸੀ ਅਗਨਾਸ ਹੇ ਪੂਰਨ ਹੈ ਸਰਬ ਮੈਂ ਦੁਖ ਪੰਜਨ ਗੁਣ ਤਾਸ ਹੇ ਸੰਗੀ ਹੇ ਨਿਰੰਕਾਰ ਹੇ ਨਿਰਗੁਣ ਸਭ ਟੇਕ ਹੇ ਗੋਬਿੰਦ ਹੇ ਗੁਣ ਨਿਦਾਨ ਜਾਂ ਕੇ ਸਦਾ ਬਵੇਕ ਹੇ ਅਪਰੰਪਰ ਹਰ ਹਰੇ ਹੈ ਪੀਓਣ ਆਰ ਹੇ ਸੰਤੈ ਕੈ ਸਦਾ ਸੰਗ ਨਿਧਾਰਾ ਆਧਾਰ ਹੇ ਠਾਕਰਿਓ ਦਾਸ ਰੋ ਮੈਂ ਨਿਰਗੁਣ ਗੁਣ ਨਹੀਂ ਕੋਏ ਨਾਨਕ ਦੀ ਜੈ ਨਾਮ ਦਾਨ ਰਾਖੋਈ ਐ ਪਰੋਏ ਆਏ ਪ੍ਰਭ।